ਸਤਨਾਮ ਸ੍ਰੀ ਵਾਹਿਗੁਰੂ ਜੀ ਸਾਰੇ ਜਪੋ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਂਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸੁਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਰਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰਦੇਵ ਨਾਨਕ ਹਰ ਨਮਸਕਾਰਾ ਇਹੋ ਸਲੋਕ ਆਦਿ ਅੰਦ ਪੜ੍ਹਨਾ ਸੁਕਹੁ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵ ਤਖ ਸੰਬੰਧੀ ਨੂਰ ਅਰ ਸਹੁੰ ਗੁਰ ਸਹੁੰ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਸਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ
ਕੇ ਕਹਿੰਦੇ ਸ਼ਬਦ ਦੇ ਨਾਲ ਜੁੜੋ, ਸ਼ਬਦ ਦੀ ਕਮਾਈ ਕਰੋ। ਸ਼ਬਦ ਬਹੁਤ ਸਾਰੇ ਲੋਕ ਸ਼ਬਦ ਵਿੱਚ ਉਲਝ ਜਾਂਦੇ ਕਿ ਸ਼ਬਦ ਕਿਹਨੂੰ ਕਿਹਾ। ਮੁੱਖ ਰੂਪ ਵਿੱਚ ਸ਼ਬਦ ਦਾ ਅਰਥ ਹੁੰਦਾ ਉਪਦੇਸ਼, ਜਿਹੜਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਉਹਦੀ ਕਮਾਈ ਕਰਨੀ ਹੈ। ਜਿਹੜਾ ਪੰਜਾਂ ਪਿਆਰਿਆਂ ਨੂੰ ਉਪਦੇਸ਼ ਕੀਤਾ ਸੀ, ਦਸਵੇਂ ਪਾਤਸ਼ਾਹ ਨੇ ਰਹਿਤ ਮਰਿਆਦਾ ਦੱਸੀ ਸੀ ਸਾਰੀ, ਮੂਲ ਮੰਤਰ ਜੋ ਬਖਸ਼ਿਸ਼ ਕੀਤਾ, ਫਿਰ ਵਾਹਿਗੁਰੂ ਮੰਤਰ ਬਖਸ਼ਿਆ ਜਿਹਨੂੰ ਗੁਰਮੰਤਰ ਕਹਿੰਦੇ ਆਪਾਂ, ਉਹਦੇ ਨਾਲ ਨਾਲ ਫਿਰ ਜਿਹੜੀਆਂ ਰਹਿਤਾਂ ਦੱਸੀਆਂ ਦਸਵੇਂ ਪਾਤਸ਼ਾਹ ਨੇ, ਇਹ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਕਿਲ ਵਿਖ ਪਾਪ ਦੁੱਖ ਲਹਿ ਜਾਵੇ, ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਏ। ਹੁਣ ਆਪਾਂ ਪਹਿਲਾਂ ਵੀ ਪਿਛਲੀਆਂ ਸਾਲਾਂ 'ਚ ਵੀ ਵਿਚਾਰ ਕੀਤੀ ਹੈ, ਪਰ ਉਹ ਫਿਰ ਭੁੱਲ ਵੀ ਜਾਂਦੀ ਆ। ਕੁਝ ਗੁਰੂ ਸਵਾਰੇ ਗੁਰੂ ਪਿਆਰੇ ਨਵੇਂ ਵੀ ਸੰਗਤ ਵਿੱਚ ਆ ਜਾਂਦੇ ਆ ਸ਼ਰਧਾ ਕਰਕੇ, ਕਿਸੇ ਨੂੰ ਸਤਿਗੁਰੂ ਨੇ ਜਗਾ ਦਿੱਤਾ ਅੰਦਰੋਂ, ਇੱਕ ਨਾ ਸੋਤਿਆਂ ਦੇ ਉਠਾਲ। ਮਹਾਰਾਜ ਜੀ ਹੁਣ ਜਿਵੇਂ ਬਖਸ਼ਿਸ਼ ਕੀਤੀ ਹੈ, ਸ੍ਰਿਸ਼ਟੀ ਦੀ ਰਚਨਾ ਹੀ ਮੰਨ ਲਓ ਹੋਈ ਪਹਿਲਾਂ, ਜਦੋਂ ਆਪਾਂ ਜਿੰਨੇ ਵੀ ਸਾਰੇ ਹਾਂ ਸ਼ਬਦ ਤੋਂ ਪੈਦਾ ਹੋਏ ਹਾਂ। ਓਅੰਕਾਰ ਓਅੰਕਾਰ ਬ੍ਰਹਮਾ ਉਤਪਤ, ਬ੍ਰਹਮਾ ਦੀ ਉਤਪਤੀ ਕਿੱਥੋਂ ਹੋਈ ਹੈ? ਓਅੰਕਾਰ ਅੱਖਰ ਤੋਂ ਹੀ ਹੋਈ ਹੈ। ਓਅੰਕਾਰ ਤੋਂ ਅੱਗੇ ਉਹਨੇ ਫਿਰ ਤਾਕਤ ਲਈ ਹੈ ਜਪ ਕਰਕੇ। ਬ੍ਰਹਮਾ ਜੀ ਨੇ ਓਅੰਕਾਰ ਨੂੰ ਚਿੱਤ 'ਚ ਵਸਾਇਆ, ਯਾਦ ਕੀਤਾ। ਉਹ ਕਹਿੰਦੇ ਮੈਂ ਸ੍ਰਿਸ਼ਟੀ ਸਾਜਣ ਦੀ ਤਾਕਤ ਲੈਣੀ ਚਾਹੁੰਦਾ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਦੱਖਣੀ ਓਅੰਕਾਰ, ਓਅੰਕਾਰ ਕੀਆ ਜਿਨ ਚਿੱਤ, ਜਿਹਨੇ ਫਿਰ ਚਿੱਤ 'ਚ ਓਅੰਕਾਰ ਨੂੰ ਜਪਿਆ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿੱਤ, ਓਅੰਕਾਰ ਸੈਲ ਜੁਗ ਪਏ। ਓਅੰਕਾਰ ਦੇ ਅੱਖਰ ਕਹਿੰਦਿਆਂ ਸਾਰ ਪਰਮੇਸ਼ਰ ਦੀ ਕਿਰਪਾ ਨਾਲ ਤਿਸ 'ਤੇ ਹੋਏ ਲੱਖ ਦਰਿਆਓ, ਕੀਤਾ ਪਸਾਓ ਇੱਕੋ ਕਵਾਓ। ਇੱਕ ਕਵਾਓ ਕਿਹੜਾ ਸੀ? ਉਹ ਓਅੰਕਾਰ। ਪਸਾਓ ਪਸਾਰਾ ਕਰ ਦਿੱਤਾ, ਉਸ ਤੋਂ ਲੱਖ ਦਰਿਆ ਹੋ ਗਏ। ਓਅੰਕਾਰ ਜਪਣ ਦੇ ਨਾਲ ਹੀ ਸੈਲ ਜੁਗ, ਜਿਹੜੇ ਸੈਲ ਪੱਥਰ ਪਹਾੜ ਬਣ ਗਏ, ਯੁੱਗ ਬਣ ਗਏ। ਓਅੰਕਾਰ ਵੇਦ ਨਿਰਮੈ, ਓਅੰਕਾਰ ਦੀ ਤਾਕਤ ਕਰਕੇ ਹੀ ਵੇਦਾਂ ਦਾ ਸ੍ਰਿਸ਼ਟੀ 'ਤੇ ਆਉਣਾ ਹੋਇਆ, ਵੇਦਾਂ ਦਾ ਗਿਆਨ ਪ੍ਰਗਟ ਕੀਤਾ। ਸ਼ੁਰੂ ਵਿੱਚ ਕਈ ਵਾਰ ਉਦੋਂ ਫਿਰ ਐਂ ਲੋੜ ਪੈਂਦੀ ਆ, ਡੂੰਘਾ ਗਿਆਨ ਬਾਅਦ ਵਿੱਚ ਪ੍ਰਾਪਤ ਹੁੰਦਾ। ਇਹ ਜਿਹੜਾ ਗਿਆਨ ਆਪਾਂ ਹੁਣ ਲੈਂਦੇ ਹਾਂ ਇਹ ਗੁਰਬਾਣੀ ਰਾਹੀਂ, ਇਹ ਨਿਰਮਲ ਗਿਆਨ ਹੈ। ਮੈਨੂੰ 43-44 ਸਾਲ ਚੱਲਦਾ, ਮੈਂ ਹਾਲੇ ਮਾੜਾ ਮਾੜਾ ਜਿਹਾ ਸਮਝਿਆ, ਤੁਸੀਂ ਤਾਂ ਹਾਲੇ ਸ਼ੁਰੂ ਹੀ ਹੋਏ ਹੈ, ਕੋਈ ਕੋਈ ਵਿੱਚ ਪੁਰਾਣਾ ਬੈਠਾ। ਇਹ ਬਹੁਤ ਔਖਾ, ਸਭ ਤੋਂ ਔਖੀ ਸਾਇੰਸ, ਇਹਨੂੰ ਕਹਿੰਦੇ ਆਤਮਕ ਸਾਇੰਸ ਹੈ ਬਾਣੀ ਦੀ, ਇਹਨੂੰ ਸਮਝਣੀ ਬਹੁਤ ਔਖੀ। ਰਾਤ ਦਿਨ ਸਾਡਾ ਦਿਮਾਗ ਇੱਧਰ ਨੂੰ ਚੱਲਦਾ ਰਹਿੰਦਾ, ਸੋਚ ਸਮਝ ਸੋਝੀ ਪੈਂਦੀ ਰਹਿੰਦੀ ਹੈ। ਓਅੰਕਾਰ ਅੱਖਰ ਇੱਕ ਐਸੀ ਤਾਕਤ ਵਾਲਾ ਅੱਖਰ, ਇਹਦਾ ਅਭਿਆਸ ਕਰਾਉਂਦੇ ਸਤਿਗੁਰੂ ਆਪਾਂ ਨੂੰ। ਓਅੰਕਾਰ ਸ਼ਬਦ ਉਧਰੇ, ਓਅੰਕਾਰ ਸ਼ਬਦ ਦੇ ਦੁਆਰਾ ਜੀਵ ਦਾ ਉਧਾਰ ਹੁੰਦਾ। ਮੂਲ ਮੰਤਰ 'ਚ ਓਅੰਕਾਰ ਲਾਇਆ ਹੋਇਆ, ਓਅੰਕਾਰ ਗੁਰਮੁਖ ਤਰੇ, ਮੁਖੀ ਗੁਰਾਂ ਨੇ ਓਅੰਕਾਰ ਦੀ ਬਖਸ਼ਿਸ਼ ਕੀਤੀ ਮੂਲ ਮੰਤਰ ਦੀ, ਗੁਰਮੁਖ ਤਰ ਗਏ। ਓ ਨਮ ਅੱਖਰ ਸੁਣੋ ਵਿਚਾਰ, ਇਹ ਪੰਡਿਤ ਜੀ ਜਿਹੜਾ ਸੀ ਉਹ ਨਮ ਅੱਖਰ ਕਹਿੰਦੇ ਹੋ, ਇਹਦੀ ਵਿਚਾਰ ਵੀ ਕਰੋ। ਜਿਵੇਂ ਅੱਜ ਕਿਸੇ ਨੇ ਕੋਈ ਚੀਜ਼ ਭੇਜੀ ਮੈਸੇਜ, ਸਿਆਣੇ ਵੀ ਭੇਜਦੀ ਚੀਜ਼ਾਂ, ਕਹਿੰਦੇ ਇੱਕ ਸ਼ਬਦ ਪੜ੍ਹਨ ਨੂੰ, ਇੱਕ ਪੰਗਤੀ ਪੜ੍ਹਨ ਨੂੰ ਸਕਿੰਟ ਹੀ ਲੱਗਦਾ ਬਸ,
ਉਹਦੀ ਵਿਚਾਰ ਕਰਨ ਨੂੰ ਫਿਰ 5-10 ਮਿੰਟ ਲੱਗ ਜਾਂਦੇ ਆ, ਉਹਨੂੰ ਮੰਨਣ ਨੂੰ ਫਿਰ ਜ਼ਿਆਦਾ ਟਾਈਮ ਲੱਗਦਾ, ਕਮਾਉਣ ਨੂੰ ਫਿਰ ਹੋਰ ਟਾਈਮ ਲੱਗਦਾ, ਅਤੇ ਉਹਨੂੰ ਸਮਝਣ ਨੂੰ ਉੱਥੇ ਤੱਕ ਪਹੁੰਚਣ ਨੂੰ ਸਾਰੀ ਉਮਰ ਲੱਗ ਜਾਂਦੀ ਹੈ। ਉਹ ਨਾਮ ਅੱਖਰ ਸੁਣੋ ਵਿਚਾਰ, ਇਹ ਜਿਹੜਾ ਤੁਸੀਂ ਕਹੀ ਜਾਂਦੇ ਹੋ ਉਹ ਨਾਮ ਅੱਖਰ ਹੈ ਜਿਹੜਾ, ਇਹ ਗੁਰੂ ਨਾਨਕ ਸਾਹਿਬ ਨੇ ਇੱਕ ਪੰਡਿਤ ਨੂੰ ਉਪਦੇਸ਼ ਵੈਸੇ ਕੀਤਾ ਨਰਮਦਾ ਨਦੀ ਦੇ ਕਿਨਾਰੇ 'ਤੇ। ਮੱਧ ਪ੍ਰਦੇਸ਼ ਦੇ ਵਿੱਚ ਮਾਂਡਲਾ ਸ਼ਹਿਰ ਪੈਂਦਾ ਜਿੱਥੇ ਉਪਦੇਸ਼ ਹੋਇਆ, ਮੰਦਰ ਉੱਥੇ ਵੀ ਹੈਗਾ, ਓਅੰਕਾਰ ਮੰਦਰ ਹੈ। ਉਹ ਨਮ ਅੱਖਰ ਸੁਣੋ ਵਿਚਾਰ, ਉਹ ਨਮ ਓਮ ਨਮਹ ਅੱਖਰ ਜਿਹੜਾ ਤੁਸੀਂ ਕਹਿੰਦੇ ਹੋ ਇਹ ਤ੍ਰਿਭਵਨ ਸਾਰ ਹੈ, ਤਿੰਨਾਂ ਭਵਨਾਂ ਦਾ ਸਾਰ ਸ੍ਰਿਸ਼ਟ ਹੈ। ਸ੍ਰਿਸ਼ਟੀ ਓਅੰਕਾਰ ਦੇ ਨਾਲ ਹੀ ਰਚੀ ਗਈ ਹੈ, ਇਸ ਕਰਕੇ ਇਹ ਓਅੰਕਾਰ ਸ਼ਬਦ ਜਿਹੜਾ ਹੈ, ਜਦੋਂ ਕਿਹਾ ਪਰਮੇਸ਼ਰ ਨੇ ਮੁਖਾਰਬਿੰਦ ਤੋਂ ਸ੍ਰਿਸ਼ਟੀ ਦੀ ਰਚਨਾ ਹੋ ਗਈ, ਗੁਰੂ ਨਾਨਕ ਸਾਹਿਬ ਨੇ ਇਸੇ ਓਅੰਕਾਰ ਨੂੰ ਜਦੋਂ ਸਿੱਧਾਂ ਨਾਲ ਚਰਚਾ ਹੋਈ, ਮਹਾਰਾਜ ਜੀ ਕਹਿਣ ਲੱਗੇ ਓਅੰਕਾਰ ਦੇ ਅੱਗੇ ਏਕਾ ਤਾਂ ਲਾਇਆ ਕਿਉਂਕਿ ਇਹ ਇੱਕ ਕੇਵਲ ਇੱਕੋ ਇੱਕ ਹੈ ਓਅੰਕਾਰ, ਹੋਰ ਦੂਜਾ ਨਹੀਂ ਹੈ। ਓਅੰਕਾਰ ਜੋ ਹੈ ਉਹ ਸਭਨਾਂ ਦਾ ਹੀ ਪ੍ਰਕਾਸ਼ਕ ਹੈ, ਧਰਤੀਆਂ ਦਾ, ਤਾਰਿਆਂ, ਚੰਦਰਮਾ ਦਾ, ਸਾਡਾ, ਜਿੰਨੇ ਆਪਾਂ ਜਾਣੇ ਬੈਠੇ ਹਾਂ। ਹੁਣ ਉਹ ਤਾਂ ਮਾਂ ਬਾਪ ਆਪਣੇ ਸਰੀਰ ਕਰਕੇ ਤਾਂ ਮਾਂ ਬਾਪ ਵਾਲਾ ਅੱਡ ਅੱਡ ਹੈ ਸਭ ਦੇ, ਪਰ ਜੇ ਵਿਚਾਰ ਕੇ ਦੇਖੋ ਤਾਂ ਓਅੰਕਾਰ ਹੀ ਸਭ ਦਾ ਪਿਤਾ ਹੈ, ਓਅੰਕਾਰ ਹੀ ਮਾਤਾ। ਹੁਣ ਇੰਨਾ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ, ਪੰਜ ਬਾਣੀਆਂ ਨੂੰ ਵੀ ਕਹਿੰਦੇ ਤਿੰਨ ਕਰ ਲਈਏ, ਦੋ ਕਰ ਲਈਏ, ਇੱਕ ਕਰ ਲਈਏ, ਛੇਤੀ ਛੇਤੀ ਕਰ ਲਈਏ, ਵਿਚਾਰਨ ਦੀ ਤਾਂ ਲੋੜ ਨਹੀਂ ਹੈ ਤੁਹਾਨੂੰ, ਇਹਦੇ ਲਈ ਬਹਿਣਾ ਪੈਂਦਾ, ਟਾਈਮ ਬਹੁਤ ਦੇਣਾ ਪੈਂਦਾ ਇਹਨਾਂ ਚੀਜ਼ਾਂ ਨੂੰ ਵਿਚਾਰ ਲਈ। ਇਸ ਕਰਕੇ ਜਿਹੜਾ ਓਅੰਕਾਰ ਹੈ ਇਹਦਾ ਅਭਿਆਸ ਕਰਨਾ ਪੈਂਦਾ। ਮੈਂ ਓਅੰਕਾਰ ਦਾ ਪੁੱਤਰ ਹਾਂ, ਓਅੰਕਾਰ ਦੀ ਕਿਰਪਾ ਨਾਲ ਮੇਰਾ ਜਨਮ ਹੋਇਆ, ਓਅੰਕਾਰ ਮੇਰੇ ਅੰਦਰ ਵੀ ਹੈ, ਉਹੀ ਸੱਤਾ ਦੇ ਰਿਹਾ ਬੋਲਣ ਦੀ, ਸੁਣਨ ਦੀ, ਦੇਖਣ ਦੀ, ਵਿਚਾਰਨ ਦੀ, ਸੱਤਾ ਉਹਦੀ ਹੋਈ ਚੱਲਦੀ ਸਾਰੀ। ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਜਿਹੜਾ ਓਅੰਕਾਰ ਹੈ ਇਹ ਇਕੱਲਾ ਹਜ਼ਮ ਨਹੀਂ ਹੁੰਦਾ। ਜੇ ਕੋਈ ਓਅੰਕਾਰ ਦਾ ਅਭਿਆਸ ਕਰਦਾ ਹੈ, ਕਈਆਂ ਨੇ ਕੀਤਾ ਵੀ ਆ, ਉਹ ਪ੍ਰਕਾਸ਼ ਹੀ ਇੰਨਾ ਜ਼ਿਆਦਾ ਹੁੰਦਾ ਫਿਰ ਝੱਲ ਨਹੀਂ ਹੁੰਦਾ ਉਹਨਾਂ ਤੋਂ। ਇਸੇ ਕਰਕੇ ਸਤਿਗੁਰਾਂ ਨੇ ਆਪਾਂ ਨੂੰ ਇਹ ਜਿਵੇਂ ਇਕੱਲਾ ਘਿਓ ਖਾਣਾ ਔਖਾ ਹੁੰਦਾ, ਘਿਓ ਦੇ ਵਿੱਚ ਸ਼ੱਕਰ ਪਾ ਤੀ, ਸ਼ੱਕਰ ਨਾਲ ਘਿਓ ਛੇਤੀ ਹਜ਼ਮ ਵੀ ਹੁੰਦਾ, ਤਾਕਤ ਵੀ ਦਿੰਦਾ। ਇਹ ਹੈਗਾ ਓਅੰਕਾਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਾਲ ਨਾਲ ਓਅੰਕਾਰ ਹੀ ਸੱਤ ਹੈ, ਨਾਮ ਵੀ ਉਹਦਾ ਸੱਤ ਹੈ, ਓਅੰਕਾਰ ਕੇਵਲ ਇੱਕੋ ਇੱਕ ਹੈ। ਓਅੰਕਾਰ ਕਰਤਾ ਹੈ, ਪੁਰਖ ਹੈ, ਨਿਰਭਉ ਓਅੰਕਾਰ, ਨਿਰਵੈਰ ਓਅੰਕਾਰ, ਅਕਾਲ ਮੂਰਤ ਓਅੰਕਾਰ ਹੈ, ਓਅੰਕਾਰ ਅਜੂਨੀ, ਓਅੰਕਾਰ ਸਹਿਭੰਗ, ਓਅੰਕਾਰ ਗੁਰਪ੍ਰਸਾਦ, ਓਅੰਕਾਰ ਜਪ, ਓਅੰਕਾਰ ਆਦਿ ਸੱਚ, ਓਅੰਕਾਰ ਜੁਗਾ ਸੱਚ, ਓਅੰਕਾਰ ਹੈ ਵੀ ਸੱਚ, ਓਅੰਕਾਰ ਨਾਨਕ ਹੋਸੀ ਵੀ ਸੱਚ। ਨਿਰਭਉ ਹੈ ਅਤੇ ਨਿਰਵੈਰ ਹੈ। ਦੇਖੋ ਦੁਨੀਆਂ 'ਚ ਕੀ ਕੁਛ ਹੋਈ ਜਾਂਦਾ, ਉਹ ਆਪਣੇ ਸਮਾਧੀ 'ਚ ਹੀ ਬੈਠੇ ਨੇ, ਨਿਰਭਉ ਹੈ, ਨਿਰਵੈਰ ਹੈ। ਹੁਣ ਵੈਰ ਨਹੀਂ ਹੈ ਕਿਸੇ ਨਾਲ, ਵੈਰ ਨਹੀਂ ਕਰਦੇ, ਮਾੜਾ ਨਹੀਂ ਕਰਦੇ, ਭੈ ਤੋਂ ਰਹਿਤ ਹੈ, ਕਿਸੇ ਤੋਂ ਡਰਦੇ ਵੀ ਨਹੀਂ ਹੈ। ਜਿੱਦਣ ਆਪਣੀ ਮੌਜ ਹੋ ਗਈ ਵੀ ਹੁਣ ਇਹ ਸਭ ਕੁਛ ਖਰਾਬ ਹੋ ਚੱਲਿਆ, ਹੁਣ ਇਹ ਦੁਬਾਰਾ ਸਾਜ ਲੈਂਦੇ ਹਾਂ, ਉੱਦਣ ਫਿਰ ਆਪਣੀ ਮੌਜ 'ਚ ਆਪਣੇ ਕੁਛ ਨਾ ਕੁਛ ਕਰ ਦੇਣਾ ਉਹਨਾਂ ਨੇ। ਇਸ ਕਰਕੇ ਓਅੰਕਾਰ ਅੱਖਰ ਤੋਂ ਜਾਂ ਸ਼ਬਦ ਬਣਿਆ ਤਾਂ ਉਹ ਜਿਹੜਾ ਸ਼ਬਦ ਤੋਂ ਇਹ ਸਾਰਾ ਕੁਝ ਚੱਲਿਆ, ਸ਼ਬਦ ਤੋਂ ਸੰਸਾਰ ਬਣਿਆ ਜਦ, ਉਹ ਕੁਦਰਤੀ ਗੱਲ ਹੈ। ਸ਼ਬਦ ਜਿਹੜਾ ਸੀ, ਸ਼ਬਦ ਸੰਸਾਰ ਅਤੇ ਸ਼ਬਦ ਦਾ ਸੰਬੰਧ ਪੈਣ ਕਰਕੇ ਇਹ ਜਦੋਂ ਬਾਣੀ 'ਚ ਅਰਥ ਆਉਂਦੇ ਨੇ ਤਾਂ ਸ਼ਬਦ ਦਾ ਅਰਥ ਵੀ ਸੰਸਾਰ ਵੀ ਹੈ। ਜਿਵੇਂ ਜਦ ਅਮਰੀਕਾ ਦੀ ਖੋਜ ਹੋਈ, ਇਹ ਗਏ ਸੀ ਸਾਰੇ ਜਾਣੇ ਸਪੇਨ ਤੋਂ, ਆਹਾ ਵਾਸਕੋ ਡੇ ਗਾਮਾ ਹੁਣੀ
ਜਿਹੜੇ ਬੰਦੇ ਨੇ ਪਹਿਲਾਂ ਪੈਰ ਲਾਇਆ ਸੀ ਅਮਰੀਕਾ ਦੀ ਧਰਤੀ 'ਤੇ, ਉਹ ਅਮਰੀਕਾ ਸੀ ਉਹਦਾ ਨਾਂ। ਉਹ ਜਦ ਖੋਜ ਕਰਕੇ ਮੁੜੇ ਆਏ ਤਾਂ ਉਹ ਕਹਿੰਦੇ ਉੱਥੇ ਕਿੱਥੇ ਗਏ? ਕਹਿੰਦੇ ਉਹ ਆਪਣਾ ਅਮਰੀਕਾ ਉੱਥੇ ਗਿਆ ਸੀ, ਉਹ ਖਾਲੀ ਟਾਪੂ ਲੱਭ ਕੇ ਆਏ। ਉਹ ਕਰਦਿਆਂ ਕਰਦਿਆਂ ਉਹ ਬੰਦੇ ਦੇ ਨਾਂ 'ਤੇ ਹੀ ਅਮਰੀਕਾ ਦਾ ਨਾਂ ਪੈ ਗਿਆ ਅਮਰੀਕਾ। ਇਹ ਸਪੇਨੀ ਆ, ਸਪੇਨ ਦੇ ਬੰਦੇ ਆ। ਇਹ ਓਂਕਾਰ ਤੋਂ ਸ੍ਰਿਸ਼ਟੀ ਰਚੀ, ਫਿਰ ਓਂਕਾਰ ਸ਼ਬਦ ਹੈ, ਸ਼ਬਦ ਨਾਮ ਬ੍ਰਹਮ ਦਾ, ਸ਼ਬਦ ਨਾਮ ਹੀ ਸ੍ਰਿਸ਼ਟੀ ਦਾ ਪੈ ਗਿਆ। ਜਦ ਹੁਣ ਆਪਣੇ ਅੰਦਰ ਆਤਮਾ ਹੈ, ਆਤਮਾ ਦਾ ਵੀ ਨਾਮ ਸ਼ਬਦ ਹੀ ਹੈ। ਜਿਹੜਾ ਆਹ ਲਿਖੀਏ ਹੋਏ ਬਾਣੀ ਦੇ ਅੱਖਰ ਨੇ, ਇਹ ਵੀ ਸ਼ਬਦ ਹੀ ਹੈ। ਜਿਹੜਾ ਸਤਿਗੁਰ ਦਾ ਇਹ ਉਪਦੇਸ਼ ਹੈ ਸਾਰਾ, ਕਹਿੰਦੇ ਉਪਦੇਸ਼ ਨੂੰ ਕਮਾਓ, ਸ਼ਬਦ ਨੂੰ ਕਮਾਓ। ਜਿਹੜੇ ਸ਼ਬਦ ਕਹੇ ਹੋਏ ਨੇ ਇਹਨਾਂ ਸ਼ਬਦਾਂ ਨੂੰ ਕਮਾਉਣਾ। ਉਹ ਤੁਸੀਂ ਜਿੰਨਾ ਪਾਣੀ 'ਚ ਮਧਾਣੀ ਪਾ ਕੇ ਰਿੜਕੀ ਜਾਣੀ ਰਿੜਕੀ ਜਾਓ, ਉਹ ਇੱਕ ਬਸ ਆਦਤ ਜੀ ਹੁੰਦੀ। ਅਖੀਰ 'ਤੇ ਜਾ ਕੇ ਤੁਸੀਂ ਇੱਥੇ ਹੀ ਮੰਨਣ ਲੱਗ ਜਾਓਗੇ ਵੀ ਆਹ ਠੀਕ ਆ, ਐਵੇਂ ਬਾਕੀ ਤਾਂ ਦੁਨੀਆ ਰੋਲ ਘਝੋਲਾ ਹੀ, ਇਹਨੂੰ ਛੱਡੋ ਪਰੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਇਹ ਸਾਰੇ ਸ਼ਬਦਾਂ ਦਾ ਸੰਗ੍ਰਹਿ ਇਕੱਤਰ ਕਰਕੇ, ਜੋ ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਬਖਸ਼ੇ ਆ। ਗੁਰੂ ਨਾਨਕ ਸਾਹਿਬ ਨੇ ਬਾਣੀ ਪ੍ਰਗਟ ਕੀਤੀ ਸੰਸਾਰ ਦੇ ਅੰਦਰ, ਬਾਣੀ ਵੱਜੀ ਚੌਂ ਜੁਗੀ। ਗੁਰੂ ਅੰਗਦ ਦੇਵ ਜੀ ਨੇ ਅੱਗੇ ਰਚਨਾ ਕੀਤੀ, ਤੀਜੇ ਚੌਥੇ ਪੰਜਵੇਂ ਪਾਤਸ਼ਾਹ ਨੇ, ਅੱਗੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਧੁਨਾਂ ਉਚਾਰਨ ਕੀਤੀਆਂ, ਨੌਵਿਆਂ ਨੇ ਅੱਗੇ ਉਚਾਰਨ ਕੀਤੀ ਫਿਰ ਬਾਣੀ ਆਪਣੀ। ਪਰ ਨੌਵਿਆਂ ਦੀ ਬਾਣੀ ਬਾਹਰ ਹੀ ਸੀ ਅਤੇ ਫਿਰ ਉਹ ਦਸਵੇਂ ਪਾਤਸ਼ਾਹ ਨੇ, ਇਹ ਤਾਂ ਹੈ ਨਹੀਂ ਕਿ ਉਹਨਾਂ ਦੀ ਬਾਣੀ ਕਿਤੇ ਲਿਖੀ ਹੋਈ ਮਿਲਦੀ ਸੀ। ਜਿਹੜੀ ਪੰਜਵੇਂ ਪਾਤਸ਼ਾਹ ਨੇ ਬੀੜ ਜਾਂ ਸਰੂਪ ਕਹਿ ਲਓ ਲਿਖਿਆ ਸੀ, ਉਹ ਤਾਂ ਧੀਰ ਮੱਲ ਹੋਣਾ ਕੋਲ ਸੀ ਕਰਤਾਰਪੁਰ ਸਾਹਿਬ, ਉਹਨਾਂ ਨੇ ਤਾਂ ਉਹ ਦਿੱਤਾ ਨਹੀਂ ਸਰੂਪ। ਨੌਵੇਂ ਪਾਤਸ਼ਾਹ ਦੀ ਬਾਣੀ ਫਿਰ ਕਿੱਥੇ ਲਿਖੀ ਹੋਈ ਸੀ? ਉਹ ਤਾਂ ਪੋਥੀ ਹੈ ਨਾ ਸੀ ਆਪਣੇ ਕੋਲ, ਨਾ ਹੀ ਸਰੂਪ ਸੀ ਆਪਣੇ ਕੋਲ। ਜੇ ਧੀਰ ਮੱਲ ਹੋਣੀ ਜਿਹੜੇ ਸੀਗੇ, ਧੀਰ ਮੱਲ ਤਾਂ ਉਦੋਂ ਹੈ ਨਹੀਂ ਸੀ ਵੈਸੇ, ਉਹ ਭਾਗ ਮੱਲ ਹੋਣੀ ਸੀਗੇ ਅੱਗੇ ਉਹਨਾਂ ਦੇ ਜਿਹੜੇ ਭਰਾ ਸੀ ਛੋਟਾ। ਉਹ ਕਹਿੰਦਾ ਜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆਪੇ ਲਿਖ ਲੈਣ। ਮਹਾਰਾਜ ਕਹਿੰਦੇ ਠੀਕ ਆ ਭਾਈ, ਜੇ ਲੈ ਤਾਂ ਉਹਦੇ ਸਰੂਪ, ਉਹ ਭਾਈ ਕੀ ਡਰੌਲੀ ਤੋਂ ਸਰੂਪ ਲਿਆ ਸਕਦੇ ਸੀ। ਮਹਾਰਾਜ ਜੀ ਕਹਿੰਦੇ ਫਿਰ ਆਹ ਜਿਹੜੇ ਸਾਡੇ ਸਿੱਖ ਕਲਯੁਗੀ ਜੀਵ ਹੈ, ਫਿਰ ਇਹ ਸ਼ੰਕਾ ਜੀ ਕਰਨ ਲੱਗ ਜਾਣਗੇ, ਖਾਨੀ ਮਹਾਰਾਜ ਨੂੰ ਅੰਤਰਜਾਮ ਤਾਂ ਹੀ ਨਹੀਂ ਹੈਗੀ। ਹੁਣ ਵੀ ਆਪਣੇ ਮਹਾਰਾਜ ਵੇਲੇ ਤਾਂ ਹਲੇ ਆਪਣੀ ਨੈਗੇਟਿਵ ਘੱਟ ਸੀ ਬੁੱਧੀ, ਹੁਣ ਤਾਂ ਜਮਾਂ ਹੀ ਨੈਗੇਟਿਵ ਹੈ, ਜਮਾਂ ਕਾਲਾ ਹੋਇਆ ਪਿਆ। ਹੁਣ ਤਾਂ ਅੰਦਰੋਂ ਪੁੱਠੀ ਉਹ ਸੋਚ ਹੁੰਦੀ ਆਪਣੀ, ਸਿੱਧੀ ਕਦੇ ਸੋਚ ਨਹੀਂ ਬਣਦੀ, ਇਹ ਪੁੱਠੀਆਂ ਸੋਚਾਂ ਸੋਚਣ ਲੱਗ ਪਏ। ਮਹਾਰਾਜ ਸੁੱਖ ਰੱਖੇ, ਕਿਸੇ ਸਿੱਖ ਦੀ ਸੋਚ ਸਿੱਧੀ ਵੀ ਹੈਗੀ ਆ। ਮਹਾਰਾਜ ਜੀ ਕਹਿੰਦੇ ਫਿਰ ਸਾਰਾ ਤਿਆਰੀ ਕਰੋ, ਕਲਮ ਦਵਾਤ ਕਾਗਜ਼ ਮੰਗਵਾ ਕੇ ਫਿਰ ਸਤਿਗੁਰਾਂ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ, 64 ਸਾਲ ਦੀ ਉਮਰ ਸੀ ਭਾਈ ਮਨੀ ਸਿੰਘ ਦੀ ਉਦੋਂ। ਪਰ ਭਾਈ ਮਨੀ ਸਿੰਘ ਜੀ ਨੇ ਕਿਹਾ ਮੈਂ ਤਾਂ ਨਿਆਣਾ ਹੀ ਹਾਂ ਮਹਾਰਾਜ ਜੀ, ਹਲੇ ਆਪ ਕਿਰਪਾ ਕਰੋ ਵੀ ਮੈਨੂੰ ਲਿਖਣਾ ਹੀ ਨਹੀਂ ਆਉਂਦਾ। ਕਹਿੰਦੇ ਤੂੰ ਤਾਂ ਬਸ ਐਂ ਡੋਬਾ ਜਿਹਾ ਲਾਉਣਾ ਚਾਹੀਦਾ ਅਤੇ ਬੈਠ ਕੇ ਐਂ ਕਲਮ ਕਰਨੇ, ਉਹਨੇ ਆਪੇ ਹੀ ਚੱਲੀ ਜਾਣਾ, ਤੈਨੂੰ ਤਾਂ ਪਤਾ ਵੀ ਨਹੀਂ ਲੱਗਣਾ, ਅਗੰਮੀ ਕਲਮ ਚੱਲੂਗੀ। ਉਸ ਵਕਤ ਸਤਿਗੁਰੂ ਜੀ ਨੇ ਇਹ ਸਾਰਾ ਸਰੂਪ ਜਿਹੜਾ ਹੁਣ ਦਰਸ਼ਨ ਕਰ ਰਹੇ, ਇਹਦੇ ਸ਼ੁਰੂ ਵਿੱਚ ਜਾਂ ਸਾਰੇ ਸਵੇਰੇ ਪ੍ਰਕਾਸ਼ ਕਰਦੇ ਆ ਭਾਈ ਬਖਸ਼ੀਸ਼ ਸਿੰਘ ਹੋਰ ਗ੍ਰੰਥੀ ਸਿੰਘ ਨੂੰ, ਕਹਿੰਦੇ ਆ ਮੂਹਰੇ ਜਿਹੜੀ ਮੋਹਰ ਲੱਗੀ ਦਿਖਾਏ ਕੀ ਲਿਖਿਆ ਉੱਥੇ? ਉੱਥੇ ਲਿਖਿਆ ਬੀੜ ਦਮਦਮੀ, ਇਹ ਦਮਦਮੀ ਬੀੜ ਹੈ। ਮਹਾਰਾਜ ਜੀ ਨੇ ਇੱਕ ਓਂਕਾਰ ਤੋਂ 18-10-20 ਤੱਕ ਇਹ ਸਰੂਪ ਜਿਹੜਾ ਸੀ ਆਪ ਬੋਲ ਬੋਲ ਕੇ ਭਾਈ ਮਨੀ ਸਿੰਘ ਜੀ ਨੂੰ ਲਿਖਾਇਆ, ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਮਹਾਰਾਜ ਨੇ ਦਰਜ ਕੀਤੀ ਹੈ। ਇਸ ਕਰਕੇ ਮੋਟੀ ਬੁੱਧੀ ਅਨੁਸਾਰ ਤਾਂ ਲੋਕ ਕਹਿੰਦੇ ਇਹਦੇ 'ਚ ਬਈ ਪੰਜ ਗੁਰੂਆਂ ਦੀ ਬਾਣੀ ਆ, ਛੇਵੇਂ ਬੇ ਨੌਵਿਆਂ ਦੀ, ਛੇ ਗੁਰੂਆਂ ਦੀ ਹੋ ਗਈ, ਬਾਕੀ ਹੈ। ਇਹ ਸੂਖਮ ਬੁੱਧੀ ਨਾਲ ਜੇ ਸੋਚੋ ਤਾਂ ਇਹ ਉਹ ਸਰੂਪ ਹੈ ਹੀ ਨਹੀਂ ਜਿਹੜਾ ਪੰਜਵੇਂ ਪਾਤਸ਼ਾਹ ਲਿਖਿਆ, ਇਹ ਤਾਂ ਦਸਵੇਂ ਪਾਤਸ਼ਾਹ ਨੇ ਲਿਖਵਾਇਆ ਸਾਰਾ ਸਰੂਪ।
ਅੰਤਰ ਜਾਮਦਾ ਨਾਲ ਲਿਖਵਾਇਆ। ਨੌਵੇਂ ਪਾਤਸ਼ਾਹ ਦੀ ਬਾਣੀ ਆਪ ਪਾਈ ਵਿੱਚ। ਇਸ ਕਰਕੇ ਇਹ ਜਿਹੜਾ ਸਰੂਪ ਹੈ ਪੰਜਵੇਂ ਪਾਤਸ਼ਾਹ ਨੇ ਉਦੋਂ ਜਿਲਦ ਬਣਾਈ ਸੀ। ਦਸਵੇਂ ਪਾਤਸ਼ਾਹ ਨੇ ਇਸੇ ਸਰੂਪ ਨੂੰ ਉਚਾਰਨ ਕਰਕੇ ਜਿਹੜੇ ਸਰੂਪ ਨੂੰ ਉਚਾਰਨ ਕੀਤਾ ਸੀ ਅੰਤਰਜਾਮਤਾ ਨਾਲ ਕਹਿੰਦੇ ਲਿਖਾਇਆ ਸੀ ਉਹੀ ਸਰੂਪ ਨੂੰ ਗੁਰਤਾ ਗੱਦੀ ਦਿੱਤੀ ਸੀ ਸ੍ਰੀ ਹਜ਼ੂਰ ਸਾਹਿਬ। ਚਲੋ ਕਿਤੇ ਨਾ ਕਿਤੇ ਸਰੂਪ ਹੈਗਾ ਉਹ, ਚਲੋ ਮਹਾਰਾਜ ਨੇ ਆਪੇ ਲੈ ਲੈਣਾ ਉਹਨਾਂ ਤੋਂ। ਤਾਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਸ਼ਬਦ ਦੀ ਜਿਹੜੀ ਵਿਚਾਰ ਹੁੰਦੀ ਹੈ ਇਹ ਵੱਡੀ ਹੁੰਦੀ ਹੈ। ਇਹ ਅੱਜ ਅੰਮ੍ਰਿਤ ਵੇਲੇ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਤੋਂ ਆਇਆ ਸੀ ਅੱਜ। ਮੈਂ ਜਦ ਮੇਰੀ ਆਦਤ ਆ ਵੀ ਹੁਕਮਨਾਮਾ ਸੁਣਨਾ ਫਿਰ ਅਰਥ ਪੜ੍ਹਨੇ ਉਹਦੇ, ਤਾਂ ਮੇਰੇ ਮਨ ਨੂੰ ਬਹੁਤ ਲੱਗਿਆ ਜਾ ਕੇ ਅੰਦਰੋਂ ਵੀ ਇਹ ਆਹ ਸੰਗਤ ਨੂੰ ਅੱਜ ਸੁਣਾਈ ਵੀ ਇਹ ਸਿੱਖ ਕੌਣ ਹੁੰਦਾ, ਗੁਰੂ ਕੌਣ ਹੁੰਦਾ। ਉਹ ਉਪਦੇਸ਼ ਜਿਹੜਾ ਆਪਾਂ ਨੂੰ ਮਿਲਿਆ ਸਤਿਗੁਰੂ ਮਹਾਰਾਜ ਕਹਿੰਦੇ ਯੁਗ ਯੁਗ ਬਾਣੀ ਸ਼ਬਦ ਸਮਾਣੀ ਨੌ ਮਿੱਠਾ ਮਨ ਹੈ ਪਿਆਰਾ। ਹੁਣ ਇਹਦੇ ਵਿੱਚ ਜਿਹੜੀ ਵੱਡੀ ਚੀਜ਼ ਆ ਉਹ ਹੈਗੀ ਸਤਿਗੁਰ ਦੀ ਸੇਵਾ। ਮਹਾਰਾਜ ਨੇ ਬਹੁਤ ਸੁੰਦਰ ਸੁੰਦਰ ਬਚਨ ਗੁਰਬਾਣੀ ਅੰਦਰ ਜੇ ਵਿਚਾਰ ਕੇ ਦੇਖੀਏ ਤਾਂ ਲਿਖੇ ਹੋਏ ਨੇ, ਜਿਵੇਂ ਸਤਿਗੁਰੂ ਕਹਿੰਦੇ ਤੀਜੇ ਪਾਤਸ਼ਾਹ ਵੀ ਸੱਚੀ ਭਗਤ ਸਤਿਗੁਰ 'ਤੇ ਹੋਵੇ। ਜੇ ਸੱਚੀ ਭਗਤੀ ਕਰਨੀ ਆ ਉਹ ਸਿਰ ਗੁਰਸਿੱਖ ਤੋਂ ਹੀ ਹੁੰਦੀ ਹੈ। ਸਤਿਗੁਰ ਨਾਨਕ ਸਾਹਿਬ ਜੀ ਮਹਾਰਾਜ, ਗੁਰਦੇਵ, ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਜੀ। ਬਹੁਤ ਔਖਾ ਕੰਮ ਹੈ ਸਮਝਣਾ ਵੀ ਵਿਸ਼ਵਾਸ ਕਰੋ ਕਿ ਨਿਰੰਕਾਰ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਸਤਿਗੁਰ ਕਿਹਾ। ਮੋਹਰ ਉੱਪਰੋਂ ਸਿਰਿਓਂ ਲੱਗੀ ਹੈ ਇਹ ਵੀ ਤੇਰਾ ਨਾਮ ਪਾਰ ਬ੍ਰਹਮ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ, ਤੇਰਾ ਨਾਮ ਗੁਰ ਪਰਮੇਸ਼ਰ ਹੈ। ਮਹਾਰਾਜ ਜੀ ਕਹਿੰਦੇ ਨੇ ਤੁਸੀਂ ਗੁਰ ਪਰਮੇਸ਼ਰ ਹੋ। ਕਹਿੰਦੇ ਜਦ ਸਹਿ ਭੰਗ ਅੱਖਰ ਤੱਕ ਆਇਆ ਮੂਲ ਮੰਤਰ, ਗੁਰੂ ਨਾਨਕ ਸਾਹਿਬ ਕਹਿੰਦੇ ਮਹਾਰਾਜ ਇਹ ਸਰੂਪ ਤਾਂ ਅਤਿ ਸੁੰਦਰ ਸਰੂਪ ਹੈ, ਸ਼ਲਾਘਾਯੋਗ ਹੈ, ਫਿਰ ਇਸ ਰੂਪ ਦੀ ਪ੍ਰਾਪਤੀ ਜੀਵ ਨੂੰ ਕਿਵੇਂ ਹੋਇਆ ਕਰੇਗੀ? ਕਹਿੰਦੇ ਗੁਰ ਪ੍ਰਸਾਦ, ਜਿਹਦੇ 'ਤੇ ਗੁਰੂ ਨਾਨਕ ਦੀ ਕਿਰਪਾ ਹੋ ਜੂਗੀ ਉਹਨੂੰ ਇਹ ਸਰੂਪ ਦੀ ਪ੍ਰਾਪਤੀ ਸਮਝ ਸੋਝੀ ਪੈ ਜਾ ਕਰੂਗੀ। ਹੈ ਆਤਮਾ ਹੀ ਹੈ, ਇਹੀ ਸਰੂਪ ਉਹ ਹੈ ਜੋ ਜਪਣੇ ਯੋਗ ਹੈ ਆਦਿ ਕਾਲ ਤੋਂ, ਜੋ ਸੱਚ ਸਰੂਪ ਹੈ, ਜੁਗਾਦ ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸੀ, ਹੁਣ ਵੀ ਸੱਚ ਹੈ, ਸਰੂਪ ਹੁਣ ਵੀ ਉਹੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਇਸ ਰੂਪ ਨੇ ਰਹਿਣਾ ਇਸੇ ਤਰ੍ਹਾਂ ਹੀ। ਤਾਂ ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਜਿਹੜੀ ਆ ਸੱਚੀ ਭਗਤ ਸਤਿਗੁਰ 'ਤੇ ਹੋਵੇ, ਸੱਚੀ ਹਿਰਦੈ ਬਾਣੀ, ਕਿਉਂਕਿ ਬਾਣੀ ਜਿਹੜੀ ਆ ਸੱਚੀ ਬਾਣੀ ਹੈ ਉਹਨਾਂ ਹਿਰਦੇ 'ਚ ਵਸਾ ਲਈ। ਹੁਣ ਤਾਂ ਲੋਕ ਰੌਲ ਘਚੋਲਾ ਬਾਹਲਾ, ਰੌਲ ਘਚੋਲਾ ਕਹਿੰਦੇ ਆ ਉਹ, ਦੁਨੀਆਂ ਅੰਦਰ ਕਿੰਨਾ ਰੌਲਾ, ਹੁਣ ਦੁਬਿਧਾ ਪੈਦਾ ਹੋ ਜਾਂਦੀ ਆ ਕੋਈ। ਹੁਣ ਜੇ ਤਾਂ ਤੁਸੀਂ ਸੁਣੋਗੇ ਦੁਬਿਧਾ ਵਾਲੀਆਂ ਗੱਲਾਂ ਤਾਂ ਦੁਬਿਧਾ 'ਚ ਪੈ ਪੈ ਕੇ ਜ਼ਿੰਦਗੀ ਲੰਘਾ ਲੈਣੀ, ਸਵਾਸ ਖਤਮ ਹੋ ਜਾਣੇ ਤੁਹਾਡੇ, ਤਾਂ ਸੁਣਦੇ ਹੀ ਨਹੀਂ ਕਿਸੇ ਨੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਸੁਣੋ, ਸੁਣਨਾ ਤਾਂ ਕਥਾ ਸੁਣੋ, ਸੁਣਨਾ ਤਾਂ ਕੀਰਤਨ ਸੁਣੋ, ਨਹੀਂ ਤਾਂ ਆ ਕਹਿੰਦੇ ਅੱਗੇ ਤਾਂ ਹੁਣ ਸਿਆਣੇ ਕਹਿੰਦੇ ਸੀ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਖਹਿੜਾ ਨਹੀਂ ਜੁੜਦਾ, ਹੁਣ ਕਹਿੰਦੇ ਨੇ ਆਹ ਵਟਸਐਪ ਅਤੇ ਨੈੱਟ ਇਹ ਦੋ ਹੋਰ ਜੁੜ ਕੇ ਨਾਲ, ਇਹ ਸੱਤ ਜਣਿਆਂ ਤੋਂ ਪਿੱਛਾ ਛੁਡਾਉਣਾ ਬਹੁਤ ਔਖਾ ਹੋਣਾ। ਮੈਂ ਕਹਿੰਦਾ ਵੀ ਹਲੇ ਕਾਮ ਕ੍ਰੋਧ ਛੱਡੇ ਜਾਣਗੇ ਪਰ ਵਟਸਐਪ ਅਤੇ ਨੈੱਟ ਤੋਂ ਬਿਨਾਂ ਤਾਂ ਬੰਦੇ ਨੂੰ ਸਾਹ ਹੀ ਨਹੀਂ ਆਉਂਦਾ ਹੈ, ਇਹ ਤਾਂ ਜਾਨ ਹੋ ਗਈ, ਸਭ ਦੀ ਜਾਨ ਹੈ ਇਸ ਵਕਤ। ਸੱਚਖੰਡ ਤਾਂ ਇਹਨੇ ਨਾਲ ਜਾਣਾ ਨਹੀਂ, ਵੈਸੇ ਭਲਾ ਤਾਂ ਤੁਹਾਡਾ ਕਰਨਾ ਹੀ ਨਹੀਂ, ਕਰਨ ਤਾਂ ਬੁਰਾ ਹੀ ਆਇਆ ਹੈ, ਕਲਯੁੱਗ ਦੀ ਚੀਜ਼ ਛੱਡੀ ਹੋਈ ਹੈ, ਕਲਯੁੱਗ ਨੇ ਸਾਡਾ ਬੇੜਾ ਗਰਕ ਕਰਨ ਵਾਸਤੇ ਚੀਜ਼ਾਂ ਬਣਾਈਆਂ, ਇਹਦੇ 'ਚ ਫਾਇਦਾ ਵੀ ਲਿਆ ਜਾ ਸਕਦਾ ਸੀ ਪਰ ਲੋਕ ਫਾਇਦਾ ਘੱਟ ਲੈਂਦੇ ਆ, ਨੁਕਸਾਨ ਜ਼ਿਆਦਾ ਕਰਾ ਰਹੇ ਨੇ। ਤਾਂ ਮਹਾਰਾਜ ਜੀ ਕਹਿੰਦੇ ਸੱਚੀ ਜਿਨ੍ਹਾਂ ਦੇ ਹਿਰਦੇ 'ਚ ਬਾਣੀ ਵੱਸ ਗਈ ਹੈ, ਸਤਿਗੁਰੂ ਨੂੰ ਮਿਲਦੇ ਨੇ, ਸਤਿਗੁਰ ਦੀ ਸੇਵਾ ਕਰਦੇ ਨੇ, ਸਤਿਗੁਰ ਸੇਵੇ ਸਦਾ ਸੁੱਖ ਪਾਏ। ਜਿਹੜੇ ਸਤਿਗੁਰ ਦੀ ਸੇਵਾ ਕਰਦੇ ਨੇ ਇੱਕ ਤਾਂ ਹੁੰਦੀ ਹੈ ਮਨ ਕਰਕੇ ਅੰਦਰੋਂ ਭਾਵਨਾ, ਭਾਵਨਾ ਨਾਲ ਸੇਵਾ ਕਰਨੀ। ਮਨ ਦੀ ਸੇਵਾ ਕੀ ਹੈ? ਸ਼ਰਧਾ, ਭਾਵਨਾ। ਹੱਥਾਂ ਨਾਲ ਕਿਹੜੀ? ਚੌਰ ਸਾਫ਼ ਕਰਨਾ, ਰੁਮਾਲੇ ਧੋਣੇ ਆ, ਪ੍ਰੈੱਸ ਕਰਨੇ ਆ, ਸੇਵਾ ਕਰਨੀ ਆ।
जीव नाल सतनाम वाहेगुरु जपना। इस करके महाराज जी कहते ने सतगुर जे सेवदे ने दसवंध कढ़दे ने गुरु की सेवा हुंदी आ, लंगरां दी सेवा बिल्डिंगां दी सेवा भी करदे आ आपां। सतगुर सेवे सेवन करदा नाम दा, सतगुर की सेवा करदा। बाबा अतर सिंह जी बारह बारह घंटे एवें नहीं सी चौर करते होंदे। बाबा आनंद सिंह जी बई तेई घंटे चौर करते होंगे सी, वह एवें नहीं सी करदे। उन्होंने एक गल पल्ले बन ली बस, भी सेवा तो ही सब कुछ मिलना, उन्हें सेवा ही फड़ ली बस। अपने च कोई ताबिया बह के राजी ही नहीं है। किसी पिंड च मर्जी चले जाओ, जिथे पिंड जाओ, गुरद्वारे जाओ, बड़िया बड़िया गुरद्वार सरूप खाली पिया, कल ही हों चौर साहब इधर रख्या पिया बस। ऐ नहीं है भी दस पंजा जाने भी खड़े लाइन ला के भी तू कि खड़ा, मैं सवेर का खड़ा, मेरी चौर साहब की बारी नहीं आई है। वो जो तुम लभदे हो वो सेवा च मिलना सी, सेवा की हुई नहीं, पता नहीं की लभदे फिरते, मैंने समझ नहीं लगती भी लभदे की फिरते। महाराज कहने सतगुर सेवे सदा आत्मक आनंद पाए। हूँ बिच अड़ीका कहदा कहते होमे का, होमे शब्द समाणी, शब्द के द्वारा होमे खत्म कर दिना, क्योंकि तू तू करता तू हुआ, मुझ में रहा ना हूं। वाहेगुरु 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 करना भी अमृत वेले सी। जे रात में जाग आ जाती है, नेरा है, बस नेरे च कम होना, जद होना दिने नहीं होना है, ये दिन वेले नहीं हुंदा कुछ, ये रात में ही दफ्तर लगता उन्होंने, दो तो चार ज्यादा तो ज्यादा खिंच के लम्मा लाइए पांच हो जाओ, दो तो पांच है सरकारी दफ्तर, रा दिने नौ तो पांच है, वह रात में नौ तो पांच है, जो बहते ने रात में ही बहते ने। रात की टिकी रात में जब तुम जाग आ जाती, जब रोटी खा के सौगे पिंड नौ दस बजे सौगे, तड़के दो बजे जाग आ गई, तीन आ गई, उदों उठ के अपना कुरली करली करके अपना बह के पानी पुनी पी के कल्ले जे हो के बह जाओ, जिथे कोई बाली ना डिस्टर्ब होवे उत्थे बह जाओ, बस अद्धा घंटा घड़ी देख के अद्धा घंटा घंटा ला लो, पहला पांच क मिनट तो शुरू कर लो। महाराज जी कहने हर अमृत वेला बत्तै का बीजिया, भगत खाए खर्च रहे निखुटै नाही। अमृत वेले जिहड़ा थोड़ा थोड़ा करके, कोई गिणती नहीं कुछ नहीं, बस वह ध्यान धरना है, उन्होंने याद करके कहना, नाम जपी जाना वाहेगुरु वाहेगुरु, ओ कांत विच बह के रात नेरे विच वाहेगुरु वाहेगुरु, अद्धा घंटा हौली हौली घंटा, फिर दो घंटे सिमरन करना, बाणी नू सुनना है बस। महाराज कहने हुण गुरु धारे बिना भगती नहीं हुंदी, बिन गुर साचे भगत ना हो भी। अजकल वो प्रचार हुण काफ़ी मैं कीता इस गल का, भी ब्रह्म कवच करो भाई, पाठ करो, ऐह बनता आ ना ऐह ना वो। कई बार अगले नूं मिली दे भी मैं बड़ा ब्रह्म कवच करदा है, कहिंदा मिलदे आ केस दाड़ी कटाए हुंदे ने, मैं कहा आ हुण की है इह, कहिंदे कम कार तुसीं कहा इहदा बन जांदा, भी लोग कम कार नूं ही लई फिरदे बस। शब्द जिहड़ा है शब्द नाल जुड़न की गल नहीं है। बहुत लोग जड़े ने बहुत गिणती जी बेअमृतियां दी है, चल दाड़ी केसी रख लो, फिर कहिंदे साडे घरे खा, बाकी तो सारे खांदे पींदे आ ना। मैं ऐ नहीं सी कहा भी खाई पी भी जान सारे, केस भी कटाई फिरन, भी पंज बाणियां भी ना करन, नहीं नहीं, अमृत छक के यह किरिया शुरू करनी है। ये ठीक है हले शुरू कर लो, काम भी बन गए, कृपा कईयां ते कृपा हुंदी भी है। बहुत सारे संगी साथी मिलते प्रेमी गुरमुख कहते शुरू किया कृपा हो गई है, चल फिर हम अमर शकला भी कई आप ही छकी जाते हैं, कहते महाराज की कृपा हो गई है। इस करके सतगुरु महाराज कहने देखो कम बन जाएंगे, पर वह जोड़ा असली कम है वो नहीं होना। एवें कहते याणी इसत्री तुरी फिर है, महाराज जी कहते ने
ਤਾਂ ਸਤਿਗੁਰੂ ਜੀ ਨੇ ਜਿਹੜਾ ਸ਼ਬਦ ਆਪਾਂ ਨੂੰ ਬਖਸ਼ਿਆ ਇਹ ਤਾਂ ਬਾਣੀ ਦੇ ਸ਼ਬਦ ਦੀ ਵਿਚਾਰ ਸੀ। ਸ਼ਬਦ ਅਤੇ ਬਾਣੀ ਦੀ ਅੱਜ ਦੀ ਜਿਹੜੀ ਵਿਚਾਰ ਗੁਰਾਂ ਨੇ ਬਖਸ਼ਿਸ਼ ਕੀਤੀ ਸੋਠ ਰਾਗਣੀ ਗੁਰੂ ਅਮਰਦਾਸ ਮਹਾਰਾਜ ਸ਼ਬਦ ਹੈ। ਦੋ ਤੁਕੇ ਦੋ ਦੋ ਤੁਕਾਂ ਵਾਲਾ ਇਹ ਸ਼ਬਦ ਚਾਰ ਪੌੜੀਆਂ ਦਾ ਹੋਏਗਾ। ਸਤਿਗੁਰੂ ਜੀ ਮਹਾਰਾਜ ਜੀ ਕਹਿੰਦੇ ਨੇ ਰਹਾਉ ਦੀਆਂ ਪੰਗਤੀਆਂ ਮਨ ਰੇ, ਆਪਣੇ ਮਨ ਨੂੰ ਹੀ ਕਹੋ, ਇਹੀ ਵਿਗੜਿਆ ਹੋਇਆ ਇਹਨੂੰ ਕਹਿਣਾ ਮਨਾ, ਉਹ ਮੇਰੇ ਮਨਾ ਕਿਉਂ ਤੂੰ ਮੈਨੂੰ ਪਰੇਸ਼ਾਨ ਕਰਦਾ, ਤੂੰ ਸਾਰੀ ਜ਼ਿੰਦਗੀ ਮੇਰੀ ਵਿਅਰਥ ਗਵਾਤੀ ਹੈ। ਮਹਾਰਾਜ ਜੀ ਨੂੰ ਪੁੱਛਿਆ ਟਿਕਦਾ ਨਹੀਂ, ਮਹਾਰਾਜ ਕਹਿੰਦੇ ਤੁਸੀਂ ਤਾਂ ਕਮਲੇ ਉਹਦੇ ਮਗਰ ਲੱਗੇ ਹੋਏ ਹੋ। ਕਹਿੰਦੇ ਆਤਮਾ ਨੂੰ ਦੇਖੋ, ਅੰਦਰ ਮਨ ਨੂੰ ਨਾ ਦੇਖੋ। ਅੰਦਰ ਆਪਣੇ ਆਤਮਾ ਵੀ ਹੈਗੀ, ਕਦੇ ਉਹਦੇ ਵੱਲ ਵੀ ਨਿਗਾਹ ਮਾਰ ਲਿਆ ਕਰੋ, ਕਿੰਨੀ ਸ਼ਾਂਤ ਹੈ, ਟਿਕਾਓ ਵਿੱਚ ਹੈ, ਨਿਰਵਿਕਾਰ ਹੈ, ਮਰਨ ਤੋਂ ਰਹਿਤ ਹੈ, ਕੱਟਣ ਤੋਂ ਰਹਿਤ ਹੈ। ਉਹ ਆਤਮਾ ਨੂੰ ਕਿਉਂ ਨਹੀਂ ਦੇਖਦੇ ਤੁਸੀਂ, ਮਨ ਦੇ ਮਗਰ ਕਿਉਂ ਲੱਗੇ ਹੋਏ? ਮਨ ਰੇ ਹਰ ਹਰ ਸੇਤੀ ਲਿਵ ਲਾਏ, ਮਨਾ ਉਹ ਪਰਮਾਤਮਾ ਨਾਲ ਲਿਵ ਲਾ, ਲਿਵ ਸੁਰਤੀ ਬਿਰਤੀ ਜੋੜ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ। ਨਾਮ ਜਿਹੜਾ ਜਪਣਾ ਹੁੰਦਾ ਇਹ ਸੁਣਿਆ ਲਾਗੈ ਸਹਿਜ ਧਿਆਨ, ਸਹਿਜੇ ਹੀ ਧਿਆਨ ਲੱਗ ਜਾਂਦਾ। ਕੀਮਤੀ ਚੀਜ਼ਾਂ ਇਹ, ਕੀਮਤੀ। ਇੱਕ ਤਾਂ ਦੇਖੋ ਰਾਤ ਵੇਲੇ ਕਰਨਾ, ਇੱਕ ਸੁਣ ਸੁਣ ਕੇ ਕਰਨਾ, ਇੱਕ ਭਾਵਨਾ ਰੱਖਣੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਹੈ ਸੇਵਾ ਚੌਰ ਸਾਹਿਬ ਦੀ, ਬਾਬਾ ਅਤਰ ਸਿੰਘ ਜੀ ਇਹ ਕਰਦੇ ਹੁੰਦੇ ਵੀ ਜੀ ਮਲਮਲ ਦਾ ਕੱਪੜਾ ਉਹਦੇ ਵਿੱਚ ਢਾਕੇ ਦੀ ਮਲਮਲ ਬਹੁਤ ਸਾਫ਼, ਬਾਬੇ ਨੇ ਸਾਰਾ ਸਰੂਪ ਐਂ ਕੱਪੜੇ ਨਾਲ ਸਾਫ਼ ਕਰੀਆਂ, ਫਿਰ ਇੱਧਰ ਕਹਿਣਾ ਸਾਫ਼ ਕਰਕੇ ਸਰੂਪ ਦੀ ਸੇਵਾ ਕਰਨੀ, ਫਿਰ ਹੋਰ ਸੇਵਾ ਕਰਨੀ। ਕੋਈ ਮਾਈ ਆ ਗਈ ਕਹਿੰਦੀ ਨਿਆਣਾ ਬਿਮਾਰ ਰਹਿੰਦਾ ਇਹ ਠੀਕ ਨਹੀਂ ਹੁੰਦਾ, ਕਹਿੰਦੇ ਭਾਈ ਤੂੰ ਵੀ ਸਰੂਪ ਦੀ ਸਾਰੀ ਸੇਵਾ ਸਭ ਕਰ, ਉਹ ਕੱਪੜਾ ਫਿਰ ਨਿਚੋੜ ਲਈ ਪਾਣੀ 'ਚ, ਉਹ ਫਿਰ ਇਹਨੂੰ ਪਾਣੀ ਅੰਮ੍ਰਿਤ ਰੂਪ ਹੋ ਜੂਗਾ, ਉਹ ਪਿਆਈ ਫਿਰ ਠੀਕ ਹੋ ਜੂਗਾ। ਭਾਈ ਠੀਕ ਹੋ ਗਿਆ ਨਿਆਣਾ। ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਜਿੰਨਾ ਪਿਆਰ ਕਰੋਗੇ, ਸਤਿਗੁਰਾਂ ਦਾ ਜਿੰਨਾ ਸਤਿਕਾਰ ਕਰੋਗੇ, ਬਸ ਤੁਹਾਨੂੰ ਲੋੜ ਨਹੀਂ ਹੋਰ ਪੈਣੀ। ਫਿਰ ਇਹ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੇ ਬਚਨ ਨੇ, ਕਹਿੰਦੇ ਕਲਯੁੱਗ ਦੇ ਵਿੱਚ ਇਹੋ ਜਿਹਾ ਸਰੂਪ ਦਿੱਤਾ ਮਹਾਰਾਜ, ਜੇ ਕੋਈ ਸਿੱਖ ਦੋ ਟਾਈਮ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ, ਦੋ ਨਾ ਸਹੀ ਇੱਕ ਟਾਈਮ ਮੱਥਾ ਟੇਕੂ ਪਿਆਰ ਦੇ ਨਾਲ, ਕਹਿੰਦੇ ਉਹ ਤਰ ਜੂਗਾ। ਇਹ ਆਪ ਹੀ ਰੱਬ ਬੈਠਾ, ਆਪਾਂ ਨਹੀਂ ਕਹਿੰਦੇ, ਧੰਨ ਹੋ ਗਿਆ ਮੈਂ ਤਾਂ, ਮੇਰੇ ਧੰਨ ਭਾਗ ਨੇ, ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ, ਸਭ ਆਖੋ ਧੰਨ 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 ਗੁਰ ਸੋਈ। ਮਹਾਰਾਜ ਅੱਜ ਦਰਬਾਰ ਸਾਹਿਬ ਇੰਨਾ ਫੁੱਲ ਲਾਏ ਨੇ ਨਾ, ਅੱਜ ਜੇ ਥੋੜ੍ਹੇ ਕੋਲ ਫੋਟੋਆਂ ਆਈਆਂ ਹੋਣ, ਕਈ ਕਰੋੜ ਰੁਪਈਏ ਦੇ ਫੁੱਲ ਲੱਗੇ ਅੱਜ ਉੱਥੇ। ਮੈਂ ਦਰਬਾਰ ਸਾਹਿਬ ਕੋਲ ਸਜਾਇਆ ਅੱਜ, ਮੈਂ ਕਿਹਾ ਸ਼ੁਕਰ ਹੈ ਸਿੱਖਾਂ ਨੂੰ, ਮਾੜੀ ਮੋਟੀ ਹੁਣ ਸੋਝੀ ਪਈ ਵੀ ਅੱਜ ਸਾਡੇ ਪ੍ਰੈਜੈਂਟ ਗੁਰੂ ਦਾ ਪਹਿਲਾ ਪ੍ਰਕਾਸ਼ ਹੈ। ਗੁਰਤਾ ਗੱਦੀ ਦਿਵਸ ਅੱਗੇ ਚੱਲ ਕੇ ਆਉਣੀ ਆ, ਪਰ ਬਈ ਬੜਾ ਹੀ ਆਨੰਦ ਆਇਆ ਦੇਖ ਕੇ, ਬੰਦੇ ਦਾ ਮਨ ਖਿੜ ਜਾਂਦਾ ਵੀ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਉਹ ਫੁੱਲ ਹੁਣ ਕਈ ਦਿਨ ਲੱਗੇ ਰਹਿਣੇ ਆ। ਮੈਂ ਵੀ ਭਾਈ ਬਖਸ਼ੀਸ ਨੂੰ ਪਹਿਲਾਂ ਤੋਂ ਹੀ ਕਹਿਤਾ ਸੀ ਵੀ ਆਪਾਂ ਜੇ ਦਿਨ ਮਨਾਉਣਾ ਤਾਂ ਫੁੱਲਾਂ ਦੀ ਵਰਖਾ ਕਰਾਂਗੇ। ਪਿਛਲੇ ਸਾਲ ਮਾੜੇ ਨਹੀਂ ਸੀ ਮਿਲੇ ਫੁੱਲ, ਕੋਈ ਬਰਸਾਤ ਕਰਕੇ ਹੋ ਗਈ ਗੱਲ। ਕਹਿੰਦੇ ਹੁਣ ਅਸੀਂ ਪਹਿਲਾਂ ਹੀ ਲਿਆ ਕੇ ਰੱਖੇ ਨੇ ਗੁਲਾਬ ਦੇ ਫੁੱਲ, ਗੇਂਦੇ ਦੇ ਫੁੱਲ। ਰੱਬ ਹੈ ਇੱਥੇ ਮਟੀ ਮੁਟੀ ਜਿਹੀ ਬਣਾ ਕੇ, ਮੜੀਆਂ ਜਿਹੀਆਂ ਨੂੰ ਪਿੱਪਲ ਜੇ ਨੂੰ ਐਵੇਂ ਲੋਕ ਜਾ ਮੱਥੇ ਟੇਕਦੇ ਆ, ਉਹ ਇਹ ਤਾਂ ਇਹਨਾਂ ਨੇ ਬਣਾਇਆ ਹੋਇਆ, ਉਹ ਪਿੱਪਲ ਤਾਂ ਇਹਨਾਂ ਨੇ ਬਣਾਇਆ ਸੀਗਾ। ਜਦ ਗੁਰੂ ਨਾਨਕ ਸਾਹਿਬ ਜੀ ਸੱਚਖੰਡ ਗਏ ਮੂਲ ਮੰਤਰ ਲੈਣ, ਕਹਿੰਦੇ ਨਿਰੰਕਾਰ ਜੀ ਕਹਿੰਦੇ ਮੈਂ ਹੈਰਾਨ ਹਾਂ ਵੀ ਜਿਹੜੇ ਅਸੀਂ ਆਹ ਕੰਮ ਕਾਰ ਨੂੰ ਨੌਕਰ ਚਾਕਰ ਜੇ ਬਣਾਏ ਸੀ, ਜੇ ਸੂਰਜ ਚਾਨਣ ਨੂੰ ਬਣਾਇਆ ਸੀ, ਮੈਂ ਦੇਵਤੇ ਜੇ ਬਣਾਏ ਹੋ, ਉਹ ਲੋਕ ਇਹਨਾਂ ਨੂੰ ਹੀ ਮੰਨੀ ਜਾਂਦੇ, ਇਹਨਾਂ ਨੂੰ ਰੱਬ ਕਹੀ ਜਾਂਦੇ ਨੇ, ਕਹਿੰਦੇ ਸਾਨੂੰ ਕੋਈ ਯਾਦ ਵੀ ਨਹੀਂ ਕਰਦਾ ਹੈ। ਕਹਿੰਦੇ ਜਾਓ ਜਾ ਕੇ ਲੋਕਾਂ ਨੂੰ ਸਮਝਾਓ ਵੀ ਇਹ ਰੱਬ ਨਹੀਂ ਹੈਗੇ, ਇਹ ਰੱਬ ਆਇਆ, ਮੂਲ ਮੰਤਰ ਰੱਬ ਹੈ, ਗੁਰਮੰਤਰ ਰੱਬ ਹੈ, ਇਹਨਾਂ ਲੋਕਾਂ ਨੂੰ ਜਾ ਕੇ ਸਮਝਾਓ।
माड़े जे ची कृपा हो जाते माड़े जे ची गुरु साहब की चाहते ने गुरु साहब तुसी की दे सकते महाराज नू जे कोई एक फुल भी गुलाब ना ले आके चढ़ा दे आ थोड़े घर च किसे फुल लगे ही होने सवेरे ले आयो हुण इह तां नहीं भी इह गुरुद्वारे वालां ने मंगाउणे आ फुल वैसे तो थोड़ा फर्ज बनता सवेरे शाम नूं ही ला के मालावां गुलाब के फुलां ल्याउंदे भी है असीं देखदे भी बई संगत की बहुत शरदा भी कि उत्थे नजराने चढ़ते ने दरबार साहब बई भेटा नजराना भेटा किया किसी ने माला भेटा किया किसी ने फ्रूट ल्यांदे ने किसी ने महाराज जी मैं आ नवा चौर साहब चढ़ाउणा किसी ने आ ल्यांदा की शौक आ थोड़ा कुछ भी नहीं हैगा बस होके दे दे तां मसां बुलाए आ आ जाओ ये आ जाओ कथा कीर्तन सुन लो कोई शरदा वाली गल थोड़ी है उही माही आ दस दस रुपये पांच पांच गोलक ते पै होने बाजिए गलों गलावां लाउण वाली गल है कोई शरदा वाली गल नहीं हुण चलो हुण तुसीं कहोगे वी असीं ऐ कई कई फिर तुसीं होर तरह जे हो जाने चल फिर सवेरे उठ खड़े हो देग बना लिओ तड़के दो बजे बना के पच्ची पच्ची जपजी साहब गुरु ग्रंथ साहब के नाम से भेटा कर दो तो सुखमनी साहब के पंज पाठ ही कर दो मूल मंत्र दियां माला ही भेटा कर दो संतां वेले जद हुंदे सी असीं इकट्ठे संतां ने कहना गुरपुरब आ गया हुण सारे एक एक सहज पाठ कर लो असीं पंजाह पंजाह सौ सौ सहज पाठ इकट्ठे का भोग पाउणा पे गुरु ग्रंथ साहब जी ये थोनू भेटा है ये दसवें पातशाह थोनू भेटा यह भेटा ज्यादा वड्डी है अमृत वेला सच नाउ वडियाई विचार है ये भेटा बहुत वड्डी है महाराज सच्चे पातशाह कहिंदे ने मन हर जप मीठा लागे मिठा पहला तो नहीं लगता पहला तो अलूनी जी सिल हुंदी है ये जदों हौली हौली बार 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 बाबा बार बार बिसन संभार कहिंदे क्यों बार बार कहने बिसन संभार ना आवे हार कदे हारेगा ही नहीं ना ये लोक विच ना परलोक विच महाराज कहने बार बार जप बार बार जप मन हर जप मीठा लगे तैनू फिर मिठा लगन लगना भाई फिर मिठा लगू गुरमुख पाए हर थाए रहाओ मुखी गुरु इहनू थाए पा देणगे प्रवान कर लैणगे सिरे लग जू तेरी गल महाराज सच्चे पातशाह तैनू थाए पाता एक बारी बस एक बार थाए पै गया प्रवान हो गया बस खजाने विच रला लिया तैनू पर यह सतगुरु नूं मिलने करके बिरती संसाराकार तो ब्रह्माकार हुंदी है जब सतगुरु नूं मिलदे आ बहुत रिजल्ट ने मेरे को बाहरले देशों च इंग्लैंड अमरीका कनेडा जब गए कई कहिंदे इस तां ज्ञानी जी उरे बस पैसे पिछे ही आए सी पैसा ही कमाई जन्ने कमलिया वांगू पैसे पिछे पता नहीं की कुछ कर लिया अज तक कहिंदे जे कथा सुनी बाणी सुनी उपदेश सुनिया गुरु का भी ओहो ये तो अकल जी होने भी ये तो छड जाना भी ये मगर असीं कमले होए फिरदे आ माया दे जिहड़ी कट्ठी कर कर फिर छड जानी है जो घर छड गवावना सो लगा मन माही कारू पातशाह कोल किन्ने गंज सी चाली गंज जोड़े ने पंताली गंज जोड़े सारे उरे छड गया आ चीज़ां साढ़े मन च बसियां हुंदी जिथे जे लंघदे कदे किला देख लीए बई कदे वह किले के उत्ते बल्ले इन्नियां फौजां खड़दियां होणियां कदे वह किला सजाया अज वह किला ढहण लग्या कोई संभालदा नहीं एवें बस छोटी जी जिंदगी च किला बना के बह जांदा राजा सारे जो भी बिल्डिंगा बनाईया बस खत्म हो जांदियां कुछ भी बनाया एवें बाद विच बेअर्थ ही कोई फायदा नहीं सतगुरु महाराज कहने असली जिहड़ी अंदर आत्मक अवस्था बनाउणी सी ओह बनाओ पहला सतगुरु नूं मिलो अमर छको गुरु वाले बनो अमृत भी पंज प्यारे ओह लभो जिहड़े रहतवान हो मैं ये चीज नोट करदा मैं इस चीज़ का बहुत एनालिसिस करदा भी ये झाट कित्थे का जिहड़े अमर छकाउण वाले विच भी कई बार कमी हुंदी है अमृत नहीं सही ढंग नाल छकाउंदे बस उ
ਪੰਜ ਕਈ ਕਈ ਜਗ੍ਹਾ ਤਾਂ ਗੁਟਕੇ ਲੈ ਕੇ ਬਹਿ ਜਾਂਦੇ ਨੇ ਪੰਜ ਪਿਆਰੇ ਵੀ ਕੰਠ ਨਹੀਂ, ਕਹਿੰਦੇ ਕੰਠ ਤਾਂ ਨਹੀਂ ਹੈ, ਰਹਿਤ ਵੀ ਨਹੀਂ ਹੈ ਕਈਆਂ ਦੀ, ਖਾਈ ਪੀ ਜਾਂਦੇ ਨੇ ਫਿਰ ਕਾਹਦੀ ਰਹਿਤ ਹੈ। ਸਤਿਗੁਰੂ ਕਹਿੰਦੇ ਬਸ ਗੁਰੂ ਵਾਲਾ ਬਣ, ਜਦ ਸਤਿਗੁਰ ਦੀ ਬਾਣੀ ਸੁਣੇਗਾ ਬਹਿ ਕੇ ਕਥਾ ਵਿਚਾਰ ਸੁਣੇਗਾ, ਸਤਿਗੁਰ ਮਿਲਿਆ ਉਲਟੀ ਬਿਰਤੀ ਹੋ ਜਾਣੀ ਤੇਰੀ, ਪਹਿਲਾਂ ਵਾਲੀ ਸੋਚ ਖਤਮ ਹੋ ਜਾਣੀ ਆ ਭਾਈ, ਸਤਿਗੁਰ ਮਿਲਿਆ ਉਲਟੀ ਪਈ ਭਾਈ, ਸਤਿਗੁਰੂ ਨੂੰ ਮਿਲੇਗਾ ਸਤਿਗੁਰੂ ਤੈਨੂੰ ਜੀਵਤ ਭਾਵ ਤੋਂ ਮਾਰ ਦੇਣਗੇ। ਜੀਵਤ ਮਰਿਆ ਤਾਂ ਬੂਝ ਪਾਏ ਫਿਰ ਸਮਝ ਲੱਗਦੀ ਹੈ, ਪਹਿਲਾਂ ਆਪਦੀ ਮਤ ਛੱਡੋ ਜਿਉਂਦੇ ਮਰਨਾ ਇੱਕ ਪਾਸੇ ਹੀ ਖੋਲ੍ਹਣਾ। ਜਾਂ ਤਾਂ ਮਹਾਰਾਜ ਕਹਿੰਦੇ ਹੁਣ ਬਾਬਾ ਗੁਰਦਿੱਤਾ ਜੀ ਨੇ ਜਿੰਦ ਬੜੀ ਗਊ ਜਿਉਂਦੀ ਕਰਤੀ, ਮਹਾਰਾਜ ਛੇਵੇਂ ਪਾਤਸ਼ਾਹ ਸੱਦ ਕੇ ਕਹਿੰਦੇ ਬੇਟਾ ਜਾਂ ਤਾਂ ਹੁਣ ਦੇਖੋ ਤੁਸੀਂ ਰਹੋ ਜਾਂ ਫਿਰ ਅਸੀਂ ਰਹੀਏ, ਤੁਸੀਂ ਬਹਿ ਜਾਓ ਗੱਦੀ ਅਤੇ ਫਿਰ ਅਸੀਂ ਚੱਲਦੇ ਹਾਂ, ਤੁਸੀਂ ਗਊ ਜਿਉਂਦੀ ਕਰਤੀ, ਤੁਸੀਂ ਅਸੂਲ ਤੋੜਤੇ ਸਾਰੇ। ਬਾਬਾ ਗੁਰਦਿੱਤਾ ਜੀ ਬਹੁਤ ਸਿਆਣੇ ਸੀ, ਪਹੁੰਚੇ ਮਹਾਂਪੁਰਖ ਸੀ, ਜਾ ਕੇ ਨਹਾ ਕੇ ਇਸ਼ਨਾਨ ਕੀਤਾ ਬਾਬਾ ਸ਼੍ਰੀ ਚੰਦ, ਉਹ ਥੱਲੇ ਖੂਹੀ ਆ ਉੱਥੇ ਕੀਰਤਪੁਰ ਸਾਹਿਬ, ਜਾ ਕੇ ਲੇਟ ਗਏ ਉੱਤੇ ਚਾਦਰ ਲੈ ਕੇ ਸਰੀਰ ਛੱਡਤਾ ਵੀ ਠੀਕ ਆ ਇੱਕੋ ਹੀ ਰਹੂਗਾ। ਹੁਣ ਗੱਲ ਇਹ ਵੀ ਹੁਣ ਤੁਸੀਂ ਦੱਸੋ ਵੀ ਤੁਸੀਂ ਸਾਰਿਆਂ ਨੇ ਰਹਿਣਾ ਕਿ ਜਾਂ ਮਹਾਰਾਜ ਨੇ ਰਹਿਣਾ, ਕਿ ਇਹਨਾਂ ਦੀ ਗੱਲ ਮੰਨਣੀ ਹੈ ਕਿ ਜਾਂ ਆਪਣੀ ਮਨਾਉਣੀ ਆ, ਇਹ ਗੱਲ ਦਾ ਪਹਿਲਾਂ ਖਿਆਲ ਕਰੋ। ਮਨੋ ਇੱਕ ਮੈਂ ਉਦਾਹਰਣ ਦਿੰਦਾ, ਜੋ ਕਹਿੰਦੇ ਨੇ ਕਈ ਬੰਦੇ ਉਹ ਇਹ ਗੱਲਾਂ ਨਹੀਂ ਸਮਝਦੇ, ਪਹਿਲਾਂ ਛੋਟੇ ਹੁੰਦੇ ਵੀ ਸੁਣਦੇ, ਕਹਿੰਦੇ ਕਿ ਫੌਜ ਵਿੱਚ ਫੌਜੀ ਦਾ ਦਿਮਾਗ ਕੱਢ ਲੈਂਦੇ ਨੇ, ਉਹ ਨਹੀਂ ਉਹ ਸਹੀ ਗੱਲ, ਡਿਸਿਪਲਨ ਉਹਦੇ ਬਿਨਾਂ ਬਣਦਾ ਹੀ ਨਹੀਂ। ਜੋ ਅਫੀਸਰ ਨੇ ਕਹਿਣਾ ਉੱਥੇ ਇਹ ਬਸ ਯੈਸ ਸਰ ਹੀ ਚੱਲਣਾ, ਬਾਅਦ ਵਿੱਚ ਉਹ ਕਹਿੰਦੇ ਕੋਈ ਸ਼ੱਕ, ਕਹਿੰਦੇ ਕੋਈ ਸ਼ੱਕ ਨਹੀਂ, ਜੇ ਸ਼ੱਕ ਕਰ ਲਿਆ ਫਿਰ ਗਿਆ ਫਿਰ ਉਹ। ਤੁਸੀਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆਹ ਕਰੋ ਸੱਤ ਬਚਨ ਜੀ ਵਾ ਕਰ ਲੈਂਦੇ, ਹੁਣ ਇੱਥੇ ਉਪਜਦੀ ਆਪਦੀ ਮਤ, ਨਹੀਂ ਮਹਾਰਾਜ ਜੇ ਐਂ ਕਰ ਲੈਂਦੇ ਜੇ ਐਂ ਕਰ ਲੈਂਦੇ, ਮਹਾਰਾਜ ਕਹਿੰਦੇ ਤੂੰ ਤਾਂ ਫੇਲ ਹੋ ਗਿਆ, ਤੂੰ ਤਾਂ ਮੈਨੂੰ ਹੀ ਸਿੱਖਿਆ ਦੇਈ ਜਾਂਦਾ, ਤੂੰ ਆਪਣੀ ਮਤ ਕਿਉਂ ਵਰਤਦਾ, ਜਾਂ ਤੂੰ ਬਹਿ ਜਾ ਸਾਡੀ ਥਾਂ 'ਤੇ ਫਿਰ ਅਸੀਂ ਇੱਥੇ ਖੜ੍ਹ ਜਾਂਦੇ, ਇੱਧਰ ਤੂੰ ਸਾਨੂੰ ਮਤਾਂ ਦੇਣ ਲੱਗ ਪਿਆ ਬਦ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ ਜੀ ਆਉਂਦਾ ਮਰ ਜਾ, ਜਿਉਂਦਾ ਮਰ ਜਾ ਕਹਿੰਦੇ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾਏ, ਉਹ ਗੁਰੂ ਦਾ ਸਿੱਖ ਹੈ, ਉਹ ਗੁਰੂ ਹੈ, ਉਹੀ ਗੁਰੂ ਦਾ ਸਿੱਖ ਹੈ, ਜਾਂ ਐਂ ਕਹਿ ਲਓ ਗੁਰੂ ਦਾ ਉਹ ਸਿੱਖ ਹੈ ਜਿਹਦੀ ਅੰਦਰੋਂ ਇੱਕ ਹੋ ਜਾਏ ਗੱਲ, ਜੋਤੀ ਜੋਤ ਰਲ ਜਾਏ ਆਪਸ 'ਚ, ਜਿਉਂਦੇ ਜੀ ਬ੍ਰਹਮ ਗਿਆਨੀ ਦੀ ਜੋਤ ਗੁਰੂ ਗ੍ਰੰਥ ਸਾਹਿਬ ਨਾਲ ਰਲ ਜਾਂਦੀ ਹੈ, ਉਹ ਹੁਣ ਆਪਦੀ ਸਲਾਹ ਹੀ ਨਹੀਂ ਦਿੰਦੇ ਹੈਗੇ, ਕਹਿੰਦੇ ਆਹ ਦੱਸੋ ਭਾਈ ਕਿਵੇਂ ਕਰੀਏ, ਕਹਿੰਦੇ ਮਹਾਰਾਜ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਕਰ ਲਓ, ਸਲਾਹ ਹੀ ਦੇਣੋਂ ਹਟ ਜਾਂਦੇ ਨੇ, ਆਪਾਂ ਸਾਰੇ ਸਲਾਹ ਦੇਣ ਵਾਲੇ ਹਾਂ। ਮਹਾਰਾਜ ਕਹਿੰਦੇ ਜੇ ਜਦ ਤੱਕ ਜੋਤ ਵਿੱਚ ਜੋਤ ਨਹੀਂ ਮਿਲਦੀ, ਜੋਤ ਮਿਲੀ ਸੰਗ ਜੋਤ ਰਹੇ ਆ ਘਾਲ ਦਾ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਪਹਿਲਾਂ ਤਾਂ ਮਿਹਨਤ ਕਰਨੀ ਸੀ ਜੋਤ ਨੂੰ ਪ੍ਰਗਟ ਕਰਨ, ਆਹ ਤਾਂ ਪੜ੍ਹਾਈਆਂ 'ਚ ਫਸਾ ਲਿਆ ਤੁਹਾਨੂੰ ਮਾਇਆ ਨੇ, ਕੀ ਬਣਿਆ ਫਿਰ, ਕੁਛ ਵੀ ਨਹੀਂ ਬਣਿਆ। ਆਹ ਦੁਨੀਆ ਅੱਜ ਇੰਨੀ ਪੜ੍ਹੀ ਲਿਖੀ ਦੁਨੀਆ, ਹਾਏ ਹਾਏ ਹੁੰਦੀ ਫਿਰਦੀ, ਹਰੇਕ ਤੜਫਦਾ ਫਿਰਦਾ, ਬੜੇ ਬੜੇ ਲੋਕ ਮੈਂ ਹੈਰਾਨ ਰਹੇ ਨਾ, ਇੰਨੇ ਪੜ੍ਹੇ ਉਹ ਸਾਡੇ ਕੋਲ ਆ ਕੇ ਰੋਈ ਜਾਂਦੇ ਨੇ, ਬੜੇ ਤੰਗ ਆ, ਬੜੇ ਦੁਖੀ ਆ, ਬੜੇ ਦੁੱਖ ਚਿੰਬੜੇ ਹੋਏ ਨੇ, ਕਿਉਂ ਹੈ, ਸਿੱਖੀ ਛੱਡਤੀ, ਅੰਮ੍ਰਿਤ ਛਕਿਆ ਨਹੀਂ, ਜੋਤ ਨਾਲ ਜੋਤ ਮਿਲਾਉਣ 'ਤੇ ਮਿਹਨਤ ਨਹੀਂ ਕੀਤੀ। ਮਹਾਰਾਜ ਕਹਿੰਦੇ ਜਦ ਜੋਤ ਵਿੱਚ ਜੋਤ ਲੀਨ ਹੁੰਦੀ ਤਾਂ ਸਿੱਖ ਬਣਦਾ। ਹੁਣ ਆਪਾਂ ਕਹਿੰਦੇ ਮੈਂ ਸਿੱਖ ਹਾਂ, ਕਿਹੜਾ ਸਿੱਖ, ਕੋਈ ਸਿੱਖ ਨਹੀਂ ਹੈ, ਸਿੱਖਾਂ ਦੇ ਘਰੇ ਜਨਮ ਲਿਆ, ਊਂ ਬਾਹਰਲਾ ਦਾੜਾ ਕੇਸ ਹੈ, ਕਹਿੰਦੇ ਸਿੱਖ ਹੈ, ਪਰ ਸਿੱਖ ਤਾਂ ਹੈ ਨਹੀਂ ਗੇ, ਮੈਂ ਤਾਂ ਲੱਭਦਾ ਫਿਰਦਾ ਸਿੱਖ ਕਿਹੜਾ, ਮਾੜੀ ਜੀ ਮਾਇਆ ਦੇਖਦਾ ਡੋਲ ਜਾਂਦਾ, ਬੇਈਮਾਨੀ ਹੇਰਾ ਫੇਰੀ ਠੱਗੀ ਚੋਰੀ ਯਾਰੀ ਮਿਲਾਵਟ ਖੋਰੀ ਉਹ ਕਿੱਥੋਂ ਗਈ, ਆਪਣੇ 'ਚੋਂ ਕਿਤੇ ਦੂਰ ਹੋਈ ਆ, ਧੋਖੇਬਾਜ਼ੀ ਆਪਣੇ 'ਚ ਇੰਨੀ ਵਸੀ ਹੋਈ, ਬੇਈਮਾਨੀ ਇੰਨੀ ਜ਼ਿਆਦਾ ਸਿੱਖਾਂ 'ਚ,
ਉਹ ਦੇਖਣ ਨੂੰ ਬੜਾ ਚੰਗਾ ਲੱਗਦਾ, ਦੇਖਣ ਨੂੰ ਸੱਜਣ ਠੱਗ ਕਿੱਡਾ ਵੱਡਾ ਹੈ। ਤਾਂ ਮਹਾਰਾਜ ਜੀ ਕਹਿੰਦੇ ਨੇ ਦੇਖੋ, ਹੁਣ ਦਸਵੇਂ ਪਾਤਸ਼ਾਹ ਨੇ ਵੀ ਇਹੀ ਬਚਨ ਕਿਹਾ ਸੀ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ। ਆਤਮਕ ਰਸ ਨਹੀਂ ਆਇਆ ਆਪਾਂ ਨੂੰ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾ ਹੀ ਭੇਵ, ਮੇਰੇ ਵਿੱਚ ਉਹਦੇ ਵਿੱਚ ਪਰਮਾਤਮਾ ਵਿੱਚ ਕੋਈ ਭੇਦ ਨਹੀਂ। ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੁ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਮਹਾਰਾਜ ਜੀ ਕਹਿੰਦੇ ਨੇ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨਾਇਕ ਨਾ ਆਨੈ। ਹੁਣ ਅਗਲੀਆਂ ਦੋ ਪੰਕਤੀਆਂ ਛੱਡ ਕੇ ਅੱਗੇ ਕੀ ਕਿਹਾ, ਜੋਤੀ ਜੋਤ ਮਿਲਾਏ, ਇੱਥੇ ਵੀ ਉਹੀ ਆ ਉੱਥੇ ਵੀ ਉਹੀ, ਪੂਰਨ ਜੋਤ ਜਗੈ ਘਟ ਮੈਂ। ਜੋਤ ਤਾਂ ਹੁਣ ਵੀ ਆਪਣੇ ਅੰਦਰ ਜਗਦੀ ਹੈ ਪਰ ਪ੍ਰਕਾਸ਼ਮਾਨ ਨਹੀਂ ਹੈ। ਦੇਖਣ ਵਾਲੀ ਗੱਲ ਇਹ ਹੈ ਅੰਦਰ ਜੋਤ ਜਗੀ ਨਹੀਂ ਹੈ, ਚਾਨਣ ਨਹੀਂ ਹੋ ਰਿਹਾ। ਦਾਸ ਤੇਰੇ ਕੀ ਬੇਨਤੀ, ਰਿਦ ਕਰ ਪ੍ਰਗਾਸ, ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਨ ਕੋ ਨਾਸ। ਗਿਆਨ ਅੰਜਨ ਗੁਰਦੀਆ, ਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਬਾਬਾ ਹਰਨਾਮ ਸਿੰਘ ਜੀ ਨੇ ਰਾਮਪੁਰ ਖੇੜੇ ਵਾਲੇ ਮਹਾਂਪੁਰਖ ਨੇ 125,000 ਪਾਠ ਕੀਤਾ ਸੀ, ਕਾਹਲੀ 'ਚ ਨਹੀਂ ਕੀਤਾ, ਹੌਲੀ ਹੌਲੀ ਬੋਲ ਬੋਲ ਕੇ ਜਿੰਨਾ ਸਹਿਜ ਵਿੱਚ ਕਹੋਗੇ ਉਹ ਅੰਦਰ ਤੱਕ ਜਾਊਗਾ, ਡੂੰਘਾਈ ਤੱਕ ਜਾਊਗਾ। ਜੇ ਤੁਸੀਂ ਕਾਹਲ ਕਾਹਲ ਵਿੱਚ ਕਰੋਗੇ ਨਾ ਸੁਣੀ, ਜੇ ਸੁਣੋਗੇ ਤਾਂ ਕੁਝ ਮਾੜੀ ਜਿਹੀ ਸਮਝ ਵੀ ਚੱਲੂਗੀ ਅੰਦਰ, ਨਾ ਸੁਣਿਆ ਹੀ ਤਾਂ ਹੈ ਹੀ ਨਹੀਂ। ਕਹਿੰਦੇ ਸਤਿਗੁਰੂ ਕਹਿੰਦੇ ਨੇ ਜੋਤ ਦੇ ਨਾਲ ਜੋਤ ਮਿਲਾਉਣੀ ਆ, ਵਿਆਪਕ ਜੋਤ ਉਹ ਆਪ ਹੈ, ਉਹਦੇ ਨਾਲ ਅਸੀਂ ਆਪਣੀ ਅੰਦਰਲੀ ਜੋਤ ਨੂੰ ਲਿੰਕਡ ਕਰ ਦੇਣਾ, ਬਸ ਨੈੱਟ ਪਵਾਉਣਾ ਮਾੜਾ ਜਿਹਾ। ਆ ਨੈੱਟ ਨਹੀਂ ਹੁੰਦਾ ਤੁਹਾਡੇ ਮੋਬਾਈਲਾਂ ਦਾ ਕੀ ਹਾਲ ਹੁੰਦਾ? ਕਹਿੰਦੇ ਨੈੱਟ ਨਹੀਂ ਹੈ, ਬਲਕਿ ਦੁਨੀਆ ਤੋਂ ਟੁੱਟਿਆ ਹੋਇਆ, ਤੁਸੀਂ ਨੈੱਟ ਪੈ ਗਿਆ ਜੋ ਮਰਜ਼ੀ ਕੱਢ ਲਓ, ਇੱਧਰ ਵੀ ਇੱਕ ਨੈੱਟ ਬਣਿਆ ਹੋਇਆ ਅੰਦਰ, ਉਹ ਵੀ ਤਾਂ ਕਰ ਲੈਂਦੇ ਮਾੜਾ ਜਿਹਾ। ਮੈਂ ਹੰਸਾਲੀ ਵਾਲੇ ਬਾਬਾ ਜੀ ਕਹਿੰਦੇ ਸੀ ਮੈਨੂੰ, ਕਹਿੰਦੇ ਸੰਗਤ ਖੜ੍ਹੇ ਹੋਣਾ, ਮੈਂ ਕਹਿੰਦੇ ਭਾਈ ਸਾਹਿਬ ਆ ਟੀ ਵੀ ਦੇਖੀ ਜਾਂਦੇ ਸਾਰੇ ਜਣੇ, ਮੈਂ ਹਾਂ ਜੀ। ਕਹਿੰਦੇ ਭਾਈ ਉਰੇ ਵੀ ਇੱਕ ਟੀ ਵੀ ਹੈਗਾ, ਉਹ ਦੇਖ ਲੈਂਦੇ ਤਾਂ ਇਹ। ਮੈਂ ਬਾਬਾ ਇੰਨੀ ਇਹਨਾਂ ਨੂੰ ਅਕਲ ਕਿੱਥੇ, ਇੰਨੀ ਸੋਝੀ ਹੈਗੀ ਇਹਨਾਂ ਨੂੰ ਆਹ ਟੀ ਵੀ ਦੇਖਣ ਦੀ? ਕਹਿੰਦੇ ਭਾਈ ਉਰੇ ਵੀ ਉਹ ਤਾਂ ਸਾਰਾ ਕੁਝ ਦੇਖੀ ਜਾਂਦਾ। ਕਹਿੰਦੇ ਇਹ ਨਕਲੀ ਟੀ ਵੀ ਦੇਖਦੇ ਆ, ਸਾਧੂ ਸੰਤ ਅਸਲੀ ਟੀ ਵੀ ਦੇਖਦੇ ਆ। ਮਹਾਰਾਜ ਕਹਿੰਦੇ ਜੋਤ ਦੇ ਨਾਲ ਜੋਤ ਮਿਲਾਉਣੀ ਸੀ, ਬਸ ਫਿਰ ਸਿੱਖ ਹੈ। ਆ ਹੁਣ ਲੋਕ ਨੇ ਪੰਚਕਾਂ ਨੇ, ਕੋਈ ਕਹਿੰਦਾ ਗ੍ਰਹਿ ਚਿੰਬੜ ਗਏ ਨੇ, ਕੋਈ ਕਹਿੰਦਾ ਭੂਤ ਪ੍ਰੇਤ ਚਿੰਬੜ। ਜਿੱਦਣ ਜੋਤ ਨਾਲ ਜੋਤ ਰਲੀ, ਸਾਰੇ ਤੁਹਾਡੇ ਚਰਨੀ ਪਏ ਫਿਰਨਗੇ, ਗ੍ਰਹਿ ਵੀ ਐਂ ਸਾਹਮਣੇ ਖੜ ਕੇ ਮੱਥਾ ਟੇਕਣੇ, ਮੈਂ ਮਹਾਰਾਜ ਦੇਖੋ ਕਦੇ ਸ਼ਿਕਾਇਤ ਨਾ ਕਰਦਾ। ਸਗਲ ਦੂਤ ਮੇਰੀ ਸੇਵਾ ਲਾਏ, ਕਾਮ ਕਰੋ ਲੋਭ ਮੋਹ ਹੰਕਾਰ ਵੀ ਕਹਿੰਦੇ ਦੇਖੋ ਕਿਤੇ ਦੇਖੋ ਮਰਵਾ ਦਿਓ, ਅਸੀਂ ਤੁਹਾਡਾ ਪਾਣੀ ਭਰਾਂਗੇ ਪਰ ਸਾਡੀ ਸ਼ਿਕਾਇਤ ਨਾ ਉੱਥੇ ਕਰਿਓ, ਨਿਰੰਕਾਰ ਜੀ ਕੋਲੇ। ਸਾਰੇ ਥਰ ਥਰ ਕੰਬਣ ਲੱਗ ਜਾਂਦੇ, ਜਿਹਦੇ ਵਿੱਚ ਜੋਤ ਹੁੰਦੀ ਹੈ ਪ੍ਰਗਟ ਹੋ ਜਾਂਦੀ ਹੈ ਉਹ ਤਾਕਤਵਰ ਹੋ ਜਾਂਦਾ। ਆਹ ਜਿਹੜੇ ਆਪਾਂ ਨੂੰ ਦੁਬਧਾ ਪਾਉਂਦੇ ਨੇ, ਆਹ ਨੈੱਟ ਦੇ ਉੱਤੇ ਰੌਲਾ ਪਾ ਪਾ ਕੇ ਆ ਮਿਸ਼ਨਰੀਏ ਜੇ, ਇਹ ਤਾਂਹੀਓ ਕਹਿੰਦੇ ਵੀ ਇਹ ਇਹਨਾਂ ਨੂੰ ਟਿਕਣ ਨਾ ਦਿਓ, ਮਨ ਇਹਨਾਂ ਦਾ ਐਂ ਕਰੀ ਜਾਵੇ ਕਰੀ ਜਾਵੇ, ਜੋਤ ਨਾ ਪ੍ਰਗਟ ਹੋ ਜੇ ਕਿਸੇ ਨੂੰ। ਇੱਕ ਜੇ ਕਿਸੇ ਦੇ ਅੰਦਰ ਜੋਤ ਪ੍ਰਗਟ ਕੋਈ ਕਰਨ ਬਹਿੰਦਾ, ਕਲਯੁੱਗ ਪਹਿਲਾਂ ਤੁਹਾਨੂੰ ਹਟਾਉਂਦਾ, ਇਹ ਵੀ ਲੱਭ ਕੇ ਹਟਾਉਂਦੇ ਨੇ, ਇੰਨੇ ਪਾਠ ਇੰਨੀ ਵਾਰ ਵਾਹਿਗੁਰੂ ਕਰਨਾ, ਇੰਨਾ ਇੱਦਾਂ ਕਰਨਾ, ਵੀ ਇਹਨਾਂ ਨੂੰ ਇਹ ਕਿਤੇ ਪ੍ਰਗਟ ਨਾ ਹੋ ਜਾਏ ਜੋਤ ਇਹਦੀ। ਜੇ ਜੋਤ ਪ੍ਰਗਟ ਹੋ ਗਈ ਉਹ ਇੱਕ ਸਿੱਖ ਬਹੁਤ ਹੁੰਦਾ, ਜੋਤ ਪ੍ਰਗਟ ਵਾਲਾ ਇੱਕ ਸਿੱਖ ਇੱਕ ਪਾਸੇ, ਸਾਰੀ ਦੁਨੀਆ ਇੱਕ ਪਾਸੇ। ਦੇਖ ਲਓ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ ਪ੍ਰਗਟੀ ਹੋਈ ਹੋਈ ਸੀ, ਉਹ ਫਿਰ ਹਿਲਾ ਹੀ ਦੁਨੀਆ, ਇਕੱਲਾ ਹਿੰਦੁਸਤਾਨ ਪੂਰਾ ਵਰਲਡ ਹਿਲਾ ਕੇ ਰੱਖਤਾ, ਬ੍ਰਹਿਮੰਡ ਹਿਲਾ, ਇੰਨੀ ਤਾਕਤ ਪੈਦਾ ਹੋ ਜਾਂਦੀ। ਜੋਤ ਹੀ ਤਾਂ ਪ੍ਰਗਟ ਕਰਨੀ ਸੀ, ਜੋਤ ਹੀ ਤਾਂ ਤੁਸੀਂ ਛੇੜੀ ਹੋਈ ਨਹੀਂ ਹੈ ਅੰਦਰੋਂ। ਜੋਤ ਦੇ ਆਸਰੇ ਕੀੜੇ ਮਕੌੜੇ ਜ਼ਰੂਰ ਖਾਧੇ, ਸਵਾਦ ਲੈ ਲਏ ਬਸ, ਚਲੋ ਖੈਰ। ਮਹਾਰਾਜ ਕਹਿੰਦੇ ਖੁਆਰ ਹੋਏ ਸਭ ਮਿਲਾਂਗੇ, ਧੱਕੇ ਧੁੱਕੇ ਖਾ ਕੇ ਇੱਧਰ ਉੱਧਰ ਭਟਕ ਭੁਟਕ ਕੇ ਫਿਰ ਆ ਜਾਣਗੇ, ਵੀ ਹੁਣ ਦੱਸੋ ਕੀ ਕਰਨਾ, ਕਰ ਲਈ ਮਰਜ਼ੀ, ਆਪਣੀ ਮਨ ਮਰਜ਼ੀਆਂ ਕਰ ਲਈਆਂ, ਤੁਸੀਂ ਆਪਣਾ ਜ਼ੋਰ ਜ਼ੋਰ ਲਾ ਲਿਆ, ਜਿਹੜਾ ਲਾਉਣਾ ਲਾ ਲਓ, ਜਿਹੜਾ ਲਾਉਣਾ। ਪੂਰੀ ਦੁਨੀਆ ਨੂੰ ਟਕਸਾਲ ਦੀ ਛਤਰ ਛਾਇਆ ਹੇਠ ਹੀ ਆਉਣਾ ਪੈਣਾ, ਉਹੀ ਇੱਕ ਮਰਿਆਦਾ ਬਸ।
ਜਿਹੜੀ ਸੱਚਖੰਡ ਪ੍ਰਵਾਨ ਹੈ। ਇਹ ਤਾਂ ਕਹਿੰਦੇ ਨਹੀਂ, ਫਿਰ ਚਿੜਚਿੜ ਹੋਣ ਲੱਗ ਜਾਂਦੀ ਸਾਰੇ ਪਾਸੇ। ਜਿਨ੍ਹਾਂ ਨੇ ਦੇਖੀਆਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਤਾ ਕਿ ਉੱਥੋਂ ਇਹ, ਕਿਉਂਕਿ ਕਲਗੀਧਰ ਮਹਾਰਾਜ ਦੀ ਆਪਣੀ ਸ਼ਾਖ ਹੈ, ਇਹ ਆਪ ਚਲਾਈ ਹੋਈ ਹੈ। ਹੋਰ ਦੱਸੋ ਕਿ ਹੋਰ ਮਹਾਰਾਜ ਨੇ ਕਿਹੜੀ ਚਲਾਈ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਮਨ ਰੇ ਹਰ ਹਰ ਸੇਤੀ ਲਿਵ ਲਾਏ, ਮਨਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਲਿਵ ਲਾਭ। ਜਿਹੜਾ ਤੈਨੂੰ ਪੰਜਾਂ ਪਿਆਰਿਆਂ ਨੇ ਗੁਰਮੰਤਰ ਦਿੱਤਾ, ਤੈਨੂੰ ਵਾਹਿਗੁਰੂ ਮੰਤਰ ਮਿਲਿਆ ਹੋਇਆ, ਉਹ ਜਪ ਕੇ ਲਿਵ ਬਿਰਤੀ ਸੁਰਤੀ ਜੋੜ ਆਪਣੀ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋ ਕਿਆ ਕਰੇ ਵਿਚਾਰੀਆ, ਤੁਧ ਬਾਅਦ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ। ਇਸ ਨਾ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਝੋ ਕਿਆ ਕਰੇ ਵਿਚਾਰੀ। ਆਨੰਦ ਸਾਹਿਬ ਹੌਲੀ ਪੜ੍ਹ ਲਿਆ ਕਰੋ ਥੋੜ੍ਹਾ ਜਿਹਾ, ਫਿਰ ਕਿਹੜਾ ਉੱਥੇ ਤੁਸੀਂ ਭਜਾ ਕੇ ਜੇ ਬਾਣੀ ਪੜ੍ਹ ਵੀ ਲਈ, ਫਿਰ ਕਿਹੜੀ ਮੱਲ ਮਾਰ ਲੈਣੀ, ਕੀ ਕਰ ਲੈਣਾ, ਕੁਛ ਵੀ ਨਹੀਂ ਕਰਨਾ। ਐਵੇਂ ਹੀ ਸੱਠ ਸੱਤਰ ਸਾਲ ਕੱਢਤੇ ਆ ਹੁਣ ਤੱਕ, ਜੋਤ ਜਗੀ ਨਹੀਂ ਅੰਦਰ, ਜੋਤ ਬਿਨਾਂ ਜਗਦੀਸ਼ ਕੀ, ਜਗਤ ਉਲੰਘੇ ਜਾਏ। ਐਵੇਂ ਚਲੇ ਜਾਣੀ ਜ਼ਿੰਦਗੀ, ਐਸੇ ਹੀ ਐਸੇ ਸੋ ਵੈਸ ਬਿਤਾਇਓ। ਮਨ ਹਰ ਜਪ ਮਿੱਠਾ ਲੱਗੈ ਭਾਈ, ਭਾਈ ਜਪੇਗਾ ਤਾਂ ਮਿੱਠਾ ਲੱਗੂ, ਜਾਂ ਮੂੰਹ 'ਚ ਪਾਏਗਾ ਹੀ ਨਹੀਂ ਫਿਰ ਮਿੱਠਾ ਕਿਵੇਂ ਲੱਗੂ। ਮੂੰਹ 'ਚ ਕਹੇ ਨਾ ਵਾਹਿਗੁਰੂ 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 ਵਾਹਿਗੁਰੂ, ਹੌਲੀ ਹੌਲੀ ਕੰਨਾਂ ਨਾਲ ਸੁਣ, ਪਰ ਰਸ ਵੀ ਆਵੇ ਤੈਨੂੰ, ਫਿਰ ਟਿਕਾਓ ਵੀ ਬਣੇ, ਇਕਾਗਰਤਾ ਵੀ ਬਣੇ। ਫਿਰ ਗੁਰਮੁਖ ਪਾਏ ਹਰ ਥਾਂ ਰਹਾਉ, ਮੁਖੀ ਗੁਰੂ ਥਾਂ ਪਾ ਲੈਂਦਾ ਟਿਕਾਣੇ, ਨਰਦ ਪੁੱਗ ਜਾਂਦੀ ਆ, ਉਹ ਥਾਂ ਪੈ ਗਿਆ ਵੀ ਪਾਸ ਹੋ ਗਿਆ, ਲੈ ਵੀ ਫਸਟ ਆ ਗਿਆ, ਟੌਪ ਕਰ ਗਿਆ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਭਾਏ। ਜਿਹੜੇ ਮਨ ਦੇ ਮਗਰ, ਮਨਮੁਖ ਲੋਕ ਮਨ ਦੇ ਮਗਰ ਲੱਗੇ ਗੁਰੂ ਨੂੰ ਛੱਡ ਕੇ, ਉਹ ਦਵੈਸ਼ ਭਾਵਨਾ 'ਚ ਲੱਗੇ, ਦੂਜਾ ਜਿਹੜੀ ਮਾਇਆ ਵਿੱਚ ਪ੍ਰੇਮ ਪਾ ਕੇ ਬੈਠੇ, ਦੂਜਾ ਭਾਏ ਦੂਜੀ ਜਿਹੜੀ ਮਾਇਆ ਆ, ਦੂਈ ਕੁਦਰਤ ਸਾਜੀ ਆ, ਇਹਦੇ 'ਚ ਪ੍ਰੇਮ ਪਾ ਕੇ ਬੈਠੇ ਨੇ। ਬਿਨਾਂ ਸਤਿਗੁਰਾਂ ਤੋਂ ਕਦੇ ਮਨ ਦੇ ਅੰਦਰ ਪ੍ਰੇਮ ਪੈਦਾ ਨਹੀਂ ਹੁੰਦਾ। ਮਹਾਰਾਜ ਨੇ ਬਾਣੀ ਦੇ ਅੰਦਰ ਇਹ ਦਰਸਾਇਆ ਹੈ ਕਿ ਅਰਦਾਸ ਕਰੋ ਕਿਵੇਂ। ਸਤਿਗੁਰੂ ਕਹਿੰਦੇ ਨੇ, ਕਿਰਪਾ ਨਿੱਧ ਟੋਡੀ ਮਹੱਲਾ ਪੰਜਵਾਂ, ਕਿਰਪਾ ਨਿੱਧ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਦਾਸ ਤੁਮਾਰੇ ਕੀ ਪਾਵੋ, ਧੂਰਾ ਮਸਤਕ ਲੇਲੇ ਲਾਵੋ, ਮਹਾਂਪਤ ਤੇ ਹੋਤਮੀ ਤਾਹਰ ਕੀਰਤਨ ਗੁਣ ਗਾਵੋ। ਆਗਿਆ ਤੁਮਰੀ ਮਿੱਠੀ ਲਾਗੋ, ਕੀ ਉਹ ਤੁਹਾਰੋ ਪਾਵੋ, ਜੋ ਤੂੰ ਦੇਹ ਅਹੀ ਤਹੀ ਅਹ ਤ੍ਰਿਪਤ, ਆਨ ਨਾ ਕਦ ਹੂੰ ਤਾਵੋ, ਸਦ ਹੀ ਨਿਕਟ ਜਾਣੋ ਪ੍ਰਭ ਸਵਾਮੀ। ਸਗਲ ਰੇਣ ਹੋਏ ਰਹੀ ਹੈ, ਸਾਧੂ ਸੰਗਤ ਹੋਏ ਪ੍ਰਾਪਤ, ਤਾਂ ਪ੍ਰਭ ਆਪਣਾ ਲਈਆ। ਮਹਾਰਾਜ ਜੀ ਕਹਿੰਦੇ ਨੇ, ਗੁਰੂ ਦੇ ਕੋਲ ਬਹਿੰਦਾ ਹੀ ਨਹੀਂ ਕੋਈ, ਕਥਾ ਵਿਚਾਰ ਕੋਈ ਸੁਣਦਾ ਹੀ ਨਹੀਂ, ਆਹ ਨਕਲੀ ਜੇ ਕਥਾ ਵਾਚ ਖੜਾ ਕਰਤੇ ਸਾਰੇ, ਅਨਪ੍ਰੈਕਟੀਕਲ ਨੋਨ ਪ੍ਰੈਕਟੀਕਲ ਬੰਦੇ ਸਾਰੇ ਤੁਰੇ ਫਿਰਦੇ, ਇਹ ਦੁਨੀਆਂ ਨੂੰ ਗੁੰਮਰਾਹ ਕਰੀ ਜਾਂਦੇ ਨੇ। ਹੁਣ ਤਾਂ ਖਾਸੇ ਭੇਦ ਖੁੱਲ੍ਹ ਗਿਆ, ਹੁਣ ਵੀ ਨਹੀਂ ਸੁਰਤ ਆਈ ਤੁਹਾਨੂੰ, ਹੁਣ ਤਾਂ ਬਹੁਤ ਕੁਛ ਖੁੱਲ੍ਹ ਗਿਆ, ਸਾਰਾ ਕੁਛ ਸਾਹਮਣੇ ਪ੍ਰਤੱਖ ਹੀ ਆ ਗਿਆ ਵੀ ਇਹ ਕੌਣ ਨੇ, ਪਤਾ ਹੀ ਆ ਕੌਣ ਨੇ ਸਾਰੇ ਜਾਣੇ, ਇਹਨਾਂ ਦੇ ਮਗਰ ਕਿਉਂ ਲੱਗ ਕੇ ਜਨਮ ਗਵਾਉਂਦੇ ਆਪਣਾ। ਮਹਾਰਾਜ ਜੀ ਕਹਿੰਦੇ, ਤੁਸੀਂ ਜਿਹੜੇ ਇਹਨਾਂ ਦੇ ਮਗਰ ਲੱਗੇ ਹੋਏ ਲੋਕ ਆ, ਗੁਰੂ ਨੂੰ ਛੱਡਿਆ ਮਨਮੁਖ ਲੋਕ ਆ, ਉਹ ਕਿਹੋ ਜਿਹੇ ਕੰਮ ਕਰਦੇ। ਤੋ ਕੁੱਟੇ ਮਨਮੁਖ ਕਰਮ ਕਰੇ ਭਾਈ, ਕਹਿੰਦੇ ਤੋ ਤੁਖ ਆ ਜਿਵੇਂ ਚੌਲਾਂ ਦੀ ਫੱਕ ਜੀ ਹੁੰਦੀ ਹੈ, ਜੇ ਤਾਂ ਹੁਣ ਵਿੱਚ ਜੀਰੀ ਸਾਬਤੀ, ਫਿਰ ਤਾਂ ਕੁੱਟ ਗਏ, ਫਿਰ ਤਾਂ ਵਿੱਚੋਂ ਚੌਲ ਨਿਕਲੇ ਉਹਨੇ ਦੇ। ਜੇ ਹੁਣ ਤੁਸੀਂ ਫੱਕਲ ਚੱਕ ਕੇ ਉੱਥੋਂ ਸ਼ੈਲਰ ਦੇ ਬਾਹਰੋਂ ਉਹਨੂੰ ਕੁੱਟੀ ਜਾਓ, ਕੁਝ 10 ਦਿਨ 20 ਦਿਨ ਕੁੱਟੀ ਜਾਓ, ਉਹਦੇ 'ਚੋਂ ਕੋਈ ਨਿਕਲੂ ਕੁਛ? ਸਤਿਗੁਰੂ ਕਹਿੰਦੇ, ਜਿਹੜੇ ਤੁਸੀਂ ਕਰਮ ਕਰਦੇ ਹੋ, ਛੋਟੇ ਛੋਟੇ ਕਰਮ ਕਰਦੇ ਹੋ, ਸੰਸਾਰੀ ਕਰਮ ਕਰਦੇ ਹੋ, ਤਾਂ ਉਹ ਕੁੱਟੇ ਮਨਮੁੱਖ ਕਰਮ ਕਰੇ, ਮਨਮੁੱਖਾਂ ਵਾਲੇ ਕਰਮ ਕਰੀ ਜਾਂਦੇ ਹੋ ਐਵੇਂ ਹੀ, ਜਿਹਨੂੰ ਜਿਹੜਾ ਕੁਛ ਕਹਿੰਦਾ ਉਹਦੇ ਮਗਰ ਹੀ ਲੱਗ ਤੁਰਦਾ। ਜੇ ਅਸੀਂ ਸੱਚੀ ਗੱਲ ਕਹਿੰਦੇ ਹਾਂ, ਉਹਨੂੰ ਸੁਣਦੇ ਹੀ ਨਹੀਂ, ਉਹਨੂੰ ਕਹਿੰਦੇ ਇਹ ਐਵੇਂ ਹੀ ਹੈ। ਫਿਰ ਮੋੜ ਘੁੜ ਕੇ ਘੁਮਾ ਘੁੰਮੂ ਕੇ, ਹੁਣ ਕਈ ਮੇਰੇ ਕੋਲ 5-5 ਸਾਲਾਂ ਬਾਅਦ ਆ ਗਏ, ਕਈ 10 ਸਾਲਾਂ ਬਾਅਦ ਆ ਗਏ, ਹਾਂ ਕੀ ਹੋਇਆ, ਹੁਣ ਆ ਕੇ ਸਾਹਮਣੇ ਥੱਲੇ ਬਹਿ ਜਾਂਦੇ ਨੇ, ਹੱਥ ਖੜੇ ਹੋ ਗਏ, ਮੈਂ ਕਿਉਂ ਹਾਰ ਗਏ, ਫੇਲ ਹੋ ਗਏ ਹਾਂ। ਮੈਂ ਜਦ ਤੁਹਾਨੂੰ 10 ਸਾਲ ਪਹਿਲਾਂ ਮੈਂ ਕਿਹਾ ਸੀ
ਵੀ ਆਹ ਗੱਲ ਮੰਨ ਲਓ, ਕਹਿੰਦੇ ਉਦੋਂ ਸਾਨੂੰ ਇੰਨਾ ਹੰਕਾਰ ਸੀ ਵੀ ਅਸੀਂ ਵੀ ਅਸੀਂ ਉਹ ਸਿਆਣੇ ਹਾਂ। ਆ ਜਿੰਨੇ ਕੌਮ 'ਚ ਆਪਣੇ ਆਪ ਨੂੰ ਸਿਆਣੇ ਸਮਝਦੇ, ਤੁਸੀਂ ਵੀ ਸਮਝਦੇ, ਜੇ ਤੁਹਾਡੇ 'ਚ ਕੋਈ ਸਿਆਣਾ ਸਮਝਦਾ ਤੁਸੀਂ ਸਭ ਨੇ ਫੇਲ ਹੋ ਜਾਣਾ। ਅਸਲ ਗੱਲ ਕੀ ਹੈ, ਮੈਂ ਇਹ ਨਹੀਂ ਕਹਿੰਦਾ ਫੇਲ, ਜਦ ਤੱਕ ਕਿਰਪਾ ਨਹੀਂ ਨਾ ਹੈ ਉਦੋਂ ਤੱਕ ਕੁਛ ਵੀ ਨਹੀਂ ਪ੍ਰਵਾਨ ਹੁੰਦਾ ਉੱਥੇ। ਐ ਤਾਂ ਕੋਈ ਕਰੋੜ ਰੁਪਈਆ ਜਾ ਕੇ ਚੜ੍ਹਾ ਆਵੇ, ਅਨੰਦਪੁਰ ਸਾਹਿਬ ਚੜ੍ਹਾ ਜਾਓ, ਜੇ ਉਹ ਪ੍ਰਵਾਨ ਹੀ ਨਾ ਹੋਇਆ ਫਿਰ ਹਮੇਸ਼ਾ। ਮੈਂ ਤਾਂ ਹੁਣ ਕਹਿਣਾ ਹੀ ਛੱਡਤਾ ਇਹਨਾਂ ਨੂੰ ਸਭ ਨੂੰ ਹੀ, ਤੁਹਾਨੂੰ ਵੀ, ਕਿਸੇ ਸਾਧੂ ਦੇ ਰਾਹੀਂ ਕਿਸੇ ਗੁਰਮੁਖ ਦੇ ਰਾਹੀਂ ਸੇਵਾ ਪ੍ਰਵਾਨ ਕਰਾਈ ਦੀ ਹੁੰਦੀ ਹੈ। ਮੈਂ ਬਾਹਰਲੀ ਸੰਗਤ ਤੋਂ ਦਸਵੰਧ ਮੰਗਾ ਕੇ ਮਹਾਂਪੁਰਖਾਂ ਨੂੰ ਪੁੱਛ ਕੇ ਕਿਤੇ ਲਾ ਦਿੰਦਾ ਸੀ, ਹੁਣ ਉਹ ਕੀ ਕਰਨ ਲੱਗ ਗਏ। ਅਸੀਂ ਤਾਂ ਜੀ ਉੱਥੇ ਭੇਜਤਾ ਸੀ, ਅਸੀਂ ਤਾਂ ਉਹ ਫਲਾਨੇ ਥਾਂ ਭੇਜਤਾ ਸੀ, ਭੇਜੀ ਜਾਓ ਫਿਰ। ਜਿਹੜੀਆਂ ਸੇਵਾਵਾਂ ਕਰਨ ਵਾਲੀ ਜਿੱਥੇ ਲੋੜ ਆ ਉੱਥੇ ਤਾਂ ਭੇਜੇ ਹੀ ਨਹੀਂ, ਵਾਹ ਕਰੀ ਜਾਓ ਹੁਣ ਤੁਸੀਂ ਪ੍ਰਵਾਨ ਕਰਾ ਲਓ ਜਿਹੜਾ ਫਿਰ ਕਰਾਉਣਾ। ਹੁਣ ਤੁਸੀਂ ਐਂ ਨਹੀਂ ਹੁੰਦਾ ਪ੍ਰਵਾਨ, ਇਹ ਪਹਿਲਾਂ ਤੋਂ ਲੈ ਕੇ ਇੱਕ ਗੁਰੂ ਘਰ ਦੀ ਪ੍ਰਥਾ ਹੈ ਵੀ ਜਿਹਦੀ ਨਿਯੁਕਤੀ ਕੀਤੀ ਹੋਈ ਆ ਉਹਦੇ ਰਾਹੀਂ ਹੀ ਇਹ ਸਾਰਾ ਪ੍ਰਵਾਨ ਹੋਣਾ, ਪ੍ਰਵਾਨ ਹੋਣਾ। ਉੱਥੇ ਬੈਂਕ ਦੇ ਬਾਹਰ ਰਫਲ ਵਾਲਾ ਖੜਾ, ਉਹਨੂੰ ਦੇ ਆਵੇ ਲੱਖ ਰੁਪਈਆ ਕਿ ਜਮ੍ਹਾਂ ਕਰ ਲਈ, ਉਹ ਕਹਿੰਦਾ ਇਹ ਮੇਰਾ ਕੰਮ ਨਹੀਂ, ਅੰਦਰ ਜਮ੍ਹਾਂ ਹੁੰਦੇ ਆ, ਜਿੱਥੇ ਪ੍ਰਵਾਨ ਹੋਣਾ ਬਕਾਇਦਾ ਜਮ੍ਹਾਂ ਹੋਊ, ਕਾਪੀ 'ਚ ਲਿਖਣਗੇ, ਮੋਹਰ ਲੱਗੂਗੀ ਸਾਰਾ। ਤੁਸੀਂ ਉਈਂ ਪ੍ਰਵਾਨ ਕਰਾਉਣ ਨੂੰ ਫਿਰਦੇ ਹੋ ਸਾਰਾ ਕੁਛ, ਐਂ ਨਹੀਂ ਹੋਣਾ। ਆਪਣੀਆਂ ਮਰਜ਼ੀਆਂ ਨਾਲ ਨਾ ਚੱਲੋ, ਸਾਰਾ ਪੰਥ ਆਪਣੀ ਮਰਜ਼ੀ 'ਤੇ ਹੀ ਤੁਰਿਆ ਹੋਇਆ, ਫਿਰ ਕਰਾ ਲਿਓ ਜਿਹੜਾ ਕੋਈ ਕਰਾਉਣਾ ਲੈ ਲਓ, ਫਿਰ ਜਿਹੜਾ ਕੋਈ ਲੈਣਾ ਮਿਲਿਆ ਤਾਂ ਹੈ ਹੀ ਨਹੀਂ ਫਿਰ ਕੁਛ, ਧੱਕੇ ਧੌੜੇ ਹੀ ਨੇ ਬਸ, ਬੇਇੱਜ਼ਤੀਆਂ ਕੁੱਟ ਮਾਰ ਪੈਂਦੀ ਹੈ। ਕਿੰਨੀ ਕੁੱਟ ਪੈਂਦੀ ਹੈ, ਗੁਰੂ ਤੋਂ ਬੇਮੁੱਖ ਹੋ ਕੇ ਕੁੱਟ ਪੈਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਵੇਂ ਤੋਂ ਕੁੱਟ ਹੈ ਮਨਮੁੱਖ ਕਰਮ ਕਰੇ ਭਾਈ, ਪੱਲੇ ਕਿਛੂ ਨਾ ਪਾਏ, ਕੁਛ ਪੱਲੇ ਹੈ, ਇੱਜ਼ਤ ਵੀ ਨਹੀਂ ਰਹੀ ਲੋਕਾਂ ਦੀ। ਮੈਂ ਬਹੁਤ ਸਮਝਾਇਆ ਸਾਰਿਆਂ ਨੂੰ ਵੀ, ਚਲੋ ਜੇ ਤੁਹਾਨੂੰ ਸਿਆਸਤ ਦਾ ਪਤਾ ਤੂੰ ਧਾਰਮਿਕ ਗੱਲ ਤੱਕ ਸਾਨੂੰ ਪੁੱਛ ਲਿਆ ਕਰੋ, ਧਰਮ ਤਾਂ ਸਾਡੇ ਹਿਸਾਬ ਨਾਲ ਚੱਲ ਪਓ, ਨਾ ਅਸੀਂ ਨਹੀਂ ਸੁਣਨੀ ਕਿਸੇ ਦੀ ਗੱਲ। ਹੁਣ ਸਾਰੇ ਮੁੱਧੇ ਮੂੰਹ ਹੋ ਕੇ ਡਿੱਗ ਰਹੇ, ਫੇਲ ਹੋ ਗਏ ਆ, ਹਾਲੇ ਵੀ ਨਹੀਂ ਕਹਿੰਦੇ ਹੈ ਵੀ ਅਸੀਂ ਹਾਂ ਵੀ ਪੁੱਛ ਕੇ ਚੱਲ ਪੈਂਦੇ ਹਾਂ। ਕਦੇ ਕਿਸੇ ਮਹਾਤਮਾ ਨੂੰ ਨਹੀਂ ਪੁੱਛਿਆ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੁੱਛਿਆ, ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਸ ਕਰੀ ਜਾਓ ਮਰਜ਼ੀਆਂ ਜਿਹੜੀਆਂ ਕਰਨੀਆਂ, ਬਿਨਾਂ ਕਿਰਪਾ ਤੋਂ ਕੰਮ ਹੋਣਾ ਹੀ ਨਹੀਂ। ਮਹਾਰਾਜ ਹੁਣ ਕੀ ਕਰੀਏ, ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਸੱਚੀ ਪ੍ਰੀਤ ਪਿਆਰ, ਜਿਹਨਾਂ ਨੇ ਸੱਚੀ ਪ੍ਰੀਤ ਅਤੇ ਪਿਆਰ ਜੋੜਿਆ ਆਪਣਾ ਪਿਆਰ ਨਾਲ, ਜਿਨ੍ਹਾਂ ਨੇ ਗੁਰੂ ਨੂੰ ਮਿਲੇ ਨੇ, ਫਿਰ ਨਾਮ ਨੂੰ ਮਨ ਦੇ ਵਿੱਚ ਰਵਿਆ ਉਚਾਰਨ ਕੀਤਾ ਹੈ, ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਗਿਆ ਹੈ, ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕੈ ਹੇਤ ਅਪਾਰ, ਹੇਤ ਹੁੰਦਾ ਪ੍ਰੇਮ ਪਿਆਰ, ਅਪਾਰ ਪਾਰਾਵਾਰ ਤੋਂ ਰਹਿਤ ਗੁਰੂ ਦੇ ਨਾਲ ਪਿਆਰ ਕਰਦੇ ਹੋਏ ਸਦਾ ਹੀ ਹਰੀ ਦੇ ਗੁਣ ਗਾਓ, ਹਰੀ ਦੇ ਗੁਣ ਗਾਓ, ਵਾਹਿਗੁਰੂ ਕਹੋ ਬਸ ਇੱਕ ਵਾਰੀ ਉਹ ਕਹਿ ਬੜਾ ਹੁੰਦਾ। ਮੂਲ ਮੰਤਰ ਇੱਕ ਵਾਰੀ ਪੜ੍ਹਿਆ ਹੋਇਆ ਹੀ ਸੁਰਤ ਜੋੜ ਦਿੰਦਾ ਹੁੰਦਾ, ਤੁਸੀਂ ਮਿਹਨਤ ਨਹੀਂ ਉਨੀ ਕੀਤੀ ਹੈ ਮੂਲ ਮੰਤਰ 'ਤੇ, ਮਿਹਨਤ ਕਰੀ ਨਹੀਂ, ਉਹ ਜਿਹੜੀ ਕਰਨੀ ਚਾਹੀਦੀ ਉਹ ਨਹੀਂ ਹੋਈ ਤੁਹਾਡੇ ਕੋਲ, ਮਿਹਨਤ ਸੁਣੀ ਹੀ ਨਹੀਂ ਹੈ ਉਹਨੂੰ ਜਿਹੜਾ ਕਿਹਾ ਸੀ ਕੰਨਾਂ ਨਾਲ। ਇਹ ਮੈਂ ਤਾਂ ਰੌਲਾ ਪਾ ਰਿਹਾ, ਕਹਿ ਰਿਹਾ ਵੀ ਉਹ ਬਾਕੀ ਆਸਾ ਪਾਸਾ ਰੌਲਾ ਗੋਲਾ ਛੱਡ ਦਿਓ, ਕੇਵਲ ਸ਼ਬਦ ਨਾਲ ਜੁੜੋ, ਬਾਣੀ ਨਾਲ ਜੁੜ ਕੇ ਪੜ੍ਹੋ। ਜਿੰਨਾ ਜ਼ਿਆਦਾ ਨਹੀਂ ਮੈਂ ਕਹਿੰਦਾ ਕਿ ਜ਼ਿਆਦਾ ਪਾਠ ਕਰੋ, ਮੈਂ ਕਹਿੰਦਾ ਹੌਲੀ ਹੌਲੀ ਕਰੋ, ਸੁਣ ਸੁਣ ਕੇ ਕਰੋ, ਟਕਾ ਟਕਾ ਕੇ ਕਰੋ, ਰਾਤਾਂ ਨੂੰ ਬੈਠ ਬੈਠ ਮਿਹਨਤ ਕਰੋ ਆਪਣੀ, ਰੱਬ ਵੀ ਖੁਸ਼ ਹੁੰਦਾ, ਗੁਰੂ ਵੀ ਖੁਸ਼ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਮੈਨੂੰ ਤੂੰ ਹਰ ਥਾਂ ਜਾਣਿਆ ਕਰ, ਮੈਂ ਨਾਲ ਹੀ ਹੁੰਦਾ, ਮੈਂ ਵਿਆਪਕ ਹੀ ਹਾਂ। ਇਹ ਗੱਲ ਨੂੰ ਸ਼ਰਧਾ 'ਚ ਲਿਆ ਆਪਣੀ 'ਚ ਵੀ ਮੇਰਾ ਆੜੀ, ਮੇਰਾ ਸਾਥੀ, ਮੇਰਾ ਮਾਂ ਬਾਪ, ਮੇਰਾ ਸਭ ਕੁਛ ਮੇਰੇ ਨਾਲ ਹੀ ਹੈ। ਜਦੋਂ ਆਪਾਂ ਨਾਲ ਸਮਝਦੇ ਹਾਂ, ਕਹਿੰਦੇ ਵਾਹਿਗੁਰੂ, ਫਿਰ ਆਪਾਂ ਕਹਿ ਵੀ ਸਕਦੇ ਮਹਾਰਾਜ ਜੀ ਆ ਕੰਮ ਤਾਂ ਕਰ ਦਿਓ ਮਾੜਾ ਜਿਹਾ, ਹੁੰਦਾ ਨਹੀਂ, ਉਹ ਜਦ ਹੀ ਕਰ ਦਿੰਦੇ ਨੇ। ਕਹਿੰਦੇ ਮੈਨੂੰ ਨਾਲ ਸਮਝਦਾ ਇਹ। ਇੱਕ ਕਹਿੰਦਾ ਉਹ ਕਿੱਥੇ ਦਿਖਦਾ, ਉਹ ਤਾਂ ਹੈ ਹੀ ਨਹੀਂ, ਉਹ ਕਿਹੜਾ ਦੇਖਿਆ ਕਿਸੇ ਨੇ, ਕਹਿੰਦੇ ਇਹ ਕਿਹੜਾ ਸ਼ਰਧਾ ਕਰਦਾ ਮੈਂ, ਧੰਨੇ ਭਗਤ ਦੇ ਕੰਮ ਕਰਤੇ। ਉਹ ਕਹਿੰਦਾ ਮਹਾਰਾਜ ਜੀ ਇਹਦੇ ਵੀ ਤਰਲੋਚਨ ਦੇ ਵੀ ਕਰ ਦਿਓ, ਕਹਿੰਦੇ ਧੰਨਿਆ ਇਹ ਤਾਂ ਸਮਝਦੇ ਨਹੀਂ ਮੈਨੂੰ ਉਰੇ, ਇਹ ਤਾਂ ਕਹਿੰਦਾ ਰੱਬ ਹੈ ਹੀ ਨਹੀਂ,
रब किते दूर है। कहिंदे तेरी मैं कहिंदे भावना करके नेड़े हुन्ना, जे भावना टुट गई तां मैं नेड़े नहीं हैगा। तुसीं भावना बनाओ जिहड़े रब नूं तुसीं लभदे फिरदे हो, गुरु ग्रंथ साहिब ही है। यही निरंकार ने इन्हां दे केवल दर्शनां नाल ही दुख कट्टे जांदे। मैं कह रहा बार बार भी दर्शन करो, मत्था टेको। खाली हुंदा गुरुद्वारा दुपहरे, सामने इत्थे बह के अखां एक टक इन्हां वल जोड़ के वाहिगुरु वाहिगुरु करो, अंदर 15 मिनट 10 मिनट दर्शन देख जीवां गुर तेरा, पूर्ण कर्म होए प्रभ मेरा, दर्शन करी जाओ। इत्थे बह जाओ ताबे नहा धो के केसी नहा के आके चौर साहब करी जाओ, मैं तेरा सच्चे पातशाह बख्श ला, मैं तेरा महाराज, मैनू अपना बना ला महाराज जी, मैं तेरा। ये संत गुरबचन सोहनी कहने हुंदे सी। कोई जा संत कहिंदे भाई वह बाहर छंगो, चलो अपना करो, मैं पाठ कर ला। वो एक ज्ञानी गुरदेव सिंह जी हुण भी इंग्लैंड च ने, वो कहिंदे मैं कई बार पक्खी करन दे बहाने मगर खड़ जाणा। कह संतां ने ओंकार दा अभ्यास बड़ा करना, फिर कहना महाराज मैनू अपना बना लो, सच्चे पातशाह मैं तुहाडा ही हाँ जी, मैनू अपना बना लो। कहने मैं उदों सुनदा रहना हुंदा सी वो की कहने महाराज नूं। 825 अंग तो 830 अंग तक वह रोज़ पढ़ते सी। मैं भी फिर पढ़ के देखो शब्द भी ये की पढ़ते सी। ये वड्डिया तो सिस्टम सारा सिखी दा सिक्ख्या लई दी है। महाराज कहिंदे ने सदा हर के गुण रवै भाई गुर कै हेत, अपार प्यार नाल गुरु दे गुणा दा गायन करिया करो, प्रवान करा लो अपनी देही। सच्ची गल आ, बार हुण किन्ने टौर नाल गुरुद्वारे हाथ पैर धो के अंदर बड़ गया। कुत्ता वह गेट तो नहीं अंदर आ सकता जद ही डंडा पऊगा उन्हें। कोई जानवर नहीं आ सकता, सप्प ने तो आने की है। इन्ना इंतजाम हो रहा कि मच्छर भी नहीं फटक रहा, मक्खी आ गई तो कोई खैर नहीं। तुसीं जे मक्खी मच्छर कुत्ता बिल्ला सप्प ठूहा बन गए अगले जन्म च, थोड़ी खैर है फिर थोनों को बढ़न दूगा गुरुद्वारे। हुण थोनों इत्थे ऐ नेड़े उठाता गुरु ग्रंथ साहिब दे, वह लै सिखा तर जा हुण तूं, तू पैसे कट्ठे करी जा, तू समान कट्ठा करी जांदा मुड़ के, ये समान छड के चढ़ाइया कर जानियां। वो समान तो इधर उधर लै जाना तेरा, तू कट्ठा की कीता है, वह पराली कट्ठी करके चलने है ही नहीं कुछ पल्ले। महाराज सच्चे पातशाह कहने आया सो प्रवान है भाई, जे गुरसेवा चित लाए, जिहड़ा गुरु की सेवा विच चित ला के सेवा, सतगुर की सेवा सफल है जे को करे चित लाए। बद्दा रुद्दा नहीं, बद्दा चट्टी जो पर इन्हां गुण ना उपकार, चित ला के सेवा करे भावें थोड़ी कर ले। चित नाल प्यार नाल ये मन हर जी ध्याए, तू एक मन एक चित पाए, एक चित जे एक छिन ध्यायो। कलगी धर महाराज तो कहने एक छेनी याद कर ले, एक चित नाल तो कर ले, एड़ तू घंटा घंटा वाहेगुरु करदा है, वो तो एक छेनी कह दे प्यार नाल, उहदा नौ एको बार कह दे बस, वो उहनू भी लगे भी याद कीता मैनू किसे ने, उहदा कोले ही है। ਉਹ ਤੁਸੀਂ ਸ਼ਰਧਾ ਨਾਲ ਕਹਿੰਦੇ ਹੀ ਨਹੀਂ, ਉਹ ਕਹਿੰਦੇ ਮੈਨੂੰ ਤਾਂ ਸ਼ਰਧਾ ਨਾਲ ਤਾਂ ਬੁਲਾਇਆ ਹੀ ਨਹੀਂ। ਆਪਾਂ ਨੂੰ ਵੀ ਪਤਾ ਕਿਸੇ ਦੇ ਘਰ ਦੇ ਮੂਹਰ 'ਚ ਲੰਘਦੇ ਆ ਜਾਓ ਫਿਰ ਚਾਹ ਪਾਣੀ, ਆਪਾਂ ਨੂੰ ਵੀ ਪਤਾ ਉਈ ਉੱਤੋਂ ਉੱਤੋਂ ਕਰਦਾ ਆ ਜਾਓ ਰੋਟੀ ਦਾ ਟਾਈਮ ਰੋਟੀ ਖਾ ਲਓ। ਜਿਹਨੇ ਚਾਹ ਪਿਆਉਣੀ ਹੁੰਦੀ ਆ ਨਾ ਉਹ ਪੁੱਛਦਾ ਨਹੀਂ ਹੁੰਦਾ, ਘਰੇ ਆਇਆ ਦੇ ਮੂਹਰੇ ਰੱਖ ਦੇਈਦੀ ਹੈ, ਪਤਾ ਆ ਵੀ ਇਹ ਮੂਹਰੇ ਰੱਖ ਦਿਓ ਵੀ ਇਹਦੇ ਪੀਊਗਾ ਹੀ, ਜੇ ਮੂਹਰੇ ਰੱਖੋਗੇ ਚਾਹ ਫਿਰ ਬਸ ਉਹ ਆਪਾਂ ਪਤਾ ਵੀ ਇਹ ਹੁਣ ਚਾਲੂ ਕੰਮ ਜਿਹਾ ਕਰਦਾ। ਹੁਣ ਜੇ ਘਰ ਦੇ ਮੂਹਰੇ ਦੀ ਕੋਈ ਲੰਘਦਾ ਘੇਰ ਕੇ ਖੜ ਗਿਆ ਅਗਲਾ, ਨਾ 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 ਐਂ ਤਾਂ ਲੰਘਣੀ ਨਹੀਂ ਦੇਣਾ ਤੈਨੂੰ, ਆ ਜਾ ਅੰਦਰ ਆ ਜਾ। ਹੁਣ ਅੰਦਰ ਲਿਜਾ ਕੇ ਵਾੜ ਕੇ ਉੱਥੇ ਖਵਾਉਣਾ ਪਿਆਉਣਾ। ਅਗਲਾ ਵੀ ਕਹਿੰਦਾ ਬੜਾ ਪਿਆਰ ਕਰਦਾ, ਵੀ ਐਂ ਤਾਂ ਕਿਸੇ ਨੇ ਕਦੇ ਪਿਆਰ ਹੀ ਨਹੀਂ ਕੀਤਾ। ਕਦੇ ਮਹਾਰਾਜ ਜੀ ਨੂੰ ਕਿਹਾ ਮਹਾਰਾਜ ਜੀ ਚਲੋ ਅੱਜ ਤੁਸੀਂ ਸਾਡੇ ਘਰ ਚਰਨੀ ਪਾਇਆ ਹੋ, ਜੇ ਕਿਸੇ ਨੂੰ ਪੁੱਛੋ ਖੰਡ ਪਾਠ ਕਰਾਇਆ ਕਦੇ ਘਰੇ, 20 ਕੁ ਸਾਲ ਹੋ ਗਏ, 10 ਕੁ ਸਾਲ ਹੋ ਗਏ, 5 ਕੁ ਸਾਲ ਹੋ ਗਏ, ਉਹ ਊਈਂ ਲੈ ਜਾਓ ਮਹਾਰਾਜ ਨੂੰ। ਉਹ ਸਾਡੀ ਛੋਟੀ ਜਿਹੀ ਹੈ 1.5 ਕੁ ਸਾਲ ਦੀ ਗੁੜੀਆ,
ਉਹ ਉੱਤੇ ਚੱਲ ਜਾਂਦੀ ਕਮਰੇ 'ਚ ਬਾਬਾ ਜੀ, ਜੇ ਉਹਨੂੰ ਪਤਾ ਵੀ ਮੈਨੂੰ ਮੰਮ ਪੁੱਛਦੇ ਪਾਣੀ ਅਤੇ ਦੁੱਧ, ਉਹ ਜਾ ਕੇ ਮਹਾਰਾਜ ਨੂੰ ਪੁੱਛਿਆ ਬਾਬਾ ਜੀ ਮੰਮ ਪੀਣਾ ਦੁੱਧ ਪੀਣਾ? ਮੈਂ ਚੱਲ ਸ਼ੁਕਰ ਹੈ ਵੀ ਸਾਡੇ ਘਰ ਇੱਕ ਤਾਂ ਕੋਈ ਗੁਰਮੁਖ ਆਇਆ, ਹੁਣ ਪੰਜ ਵਾਰ ਦਿਹਾੜੀ ਪੌੜੀ ਚੜ੍ਹ ਕੇ ਮੱਥਾ ਟੇਕ ਕੇ ਆਉਣਾ, ਮੰਮ ਦੁੱਧ? ਬਾਬਾ ਜੀ ਸੌਂ ਜਾਓ ਹੁਣ ਤੁਸੀਂ, ਥਾਪੜੀ ਕਰਨ ਲੱਗ ਜਾਂਦੀ ਜਾ ਕੇ ਵੀ ਬਾਬਾ ਜੀ ਆਰਾਮ ਕਰ ਲਓ। ਜਾ ਕੇ ਕਹਿੰਦੀ ਏ ਸੀ ਲਾਓ, ਉਹ ਕਹਿੰਦੇ ਬਾਰੀਆਂ ਖੁੱਲ੍ਹੀਆਂ, ਕਹੀ ਨਾ ਗਰਮੀ ਆ, ਏ ਸੀ ਲਾਓ। ਚਲੋ ਜੀ ਬਾਰੀਆਂ ਬੰਦ ਕਰਾ ਕੇ ਉਹਨੇ ਏ ਸੀ ਲਵਾ ਤਾ। ਕੋਈ ਅਨੁਭਵ ਹੁੰਦਾ ਨਿਆਣੇ ਨੂੰ, ਆਪਾਂ ਤਾਂ ਕੋਈ ਮਤਲਬ ਹੀ ਹੈ ਨਹੀਂ ਮਹਾਰਾਜ ਨਾਲ। ਉਹ ਚਲੋ ਨਹੀਂ ਖੰਡ ਪਾਠ ਹੁੰਦਾ, ਸੁਖਮਨੀ ਸਾਹਿਬ ਵੀ ਕਰਾ ਲਓ ਕਿਤੇ ਵੀ ਸਾਡੇ ਘਰ ਮਹਾਰਾਜ ਜੀ ਚਰਨੀ ਪਾ ਦਿਓ। ਫਿਰ ਕਹਿੰਦੇ ਸਾਡੇ ਘਰ ਭੂਤ ਪ੍ਰੇਤ ਹੈ, ਬਰਕਤ ਨਹੀਂ ਹੁੰਦੀ। ਫਿਰ ਹੋਣਾ ਹੀ ਆ, ਜਿਹਨਾਂ ਜਿਹੜੇ ਮਾਲਕ ਆ ਉਹਨਾਂ ਦਾ ਬਲਾ, ਜਿਹਨੇ ਘਰ ਦਿੱਤਾ ਉਹ ਕਦੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰੇ ਵੀ ਲਿਜਾ ਕੇ ਖੁਸ਼ ਨਹੀਂ ਹੈਗੇ। ਇੰਨੀ ਵੀ ਖੇਚਲ ਮੰਨਦੇ ਵੀ ਇਹ ਘਰੇ ਸਰੂਪ ਲਗਾਏ, ਫਿਰ ਐਂ ਹੋ ਐਂ, ਸੰਗਤ ਨੂੰ ਪ੍ਰਸ਼ਾਦਾ ਨਹੀਂ ਛਕਾ ਕੇ ਖੁਸ਼ ਹੈ, ਪੰਜ ਪਿਆਰਿਆਂ ਨੂੰ ਨਹੀਂ ਪ੍ਰਸ਼ਾਦਾ ਛਕਾ ਕੇ ਖੁਸ਼ ਹੈਗੇ। ਪੰਜ ਪਿਆਰਿਆਂ ਨੂੰ ਵਸਤਰ ਦਿੰਦੇ, ਕਹਿੰਦੇ ਅਸੀਂ ਤਾਂ ਪਿੱਤਰਾਂ ਨੂੰ ਦਿੰਦੇ, ਮੱਸੇ ਵਾਲੇ ਨੂੰ ਰੋਟੀ ਖਵਾਉਂਦੇ ਹਾਂ, ਚਿੱਟਾ ਸੂਟ ਦਿੰਦੇ ਹਾਂ ਇੱਕ ਨੂੰ, ਦੇਈ ਜਾਓ ਫਿਰ ਪਿੱਤਰ ਤੁਹਾਨੂੰ ਬੜਾ ਸੱਚਖੰਡ ਲੈ ਜਾਣਗੇ। ਸਤਿਗੁਰੂ ਕਹਿੰਦੇ ਜਿਸ ਸਿਮਰਤ ਸਾਹਿਬ ਕਿਲੇ ਵਿਖੇ ਨਾਸਿਆ ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕੇ ਅੰਤਰਾ ਪਾਰੋ। ਮਹਾਰਾਜ ਜੀ ਕਹਿੰਦੇ ਨੇ ਜਿਹੜੀ ਗੱਲ ਕਰਨ ਵਾਲੀ ਉਹ ਕਰੋ। ਇੱਕ ਦਿਨ ਸਾਰੇ ਟੱਬਰ ਘਰੇ ਤਿਆਰੀ ਕਰਕੇ ਸਵੇਰੇ ਕਹੋ ਜੀ ਸਰੂਪ ਲੈ ਕੇ ਜਾਣਾ, ਘਰੇ ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਨੂੰ ਛਕਾਓ, ਵਾਰੀ ਵਾਰੀ ਸਾਰੇ ਚੌਰ ਕਰੀ ਜਾਓ, ਫਿਰ ਮਹਾਰਾਜ ਨੂੰ ਸ਼ਾਮ ਨੂੰ 4 ਵਜੇ ਫਿਰ ਲਿਆਓ। ਅੱਜ ਮਹਾਰਾਜ ਸਾਡੇ ਘਰ ਆਏ ਸੀ, ਜੇ ਕੋਈ ਆ ਜੇ ਸੰਤ ਮਹਾਤਮਾ, ਬਾਬਾ ਜੀ ਆਹ ਕਮਰੇ 'ਚ ਵੀ ਬੜਿਓ, ਬਾਬਾ ਜੀ ਉੱਧਰ ਵੀ ਬੜਿਓ, ਊਈਂ ਤੋਂ ਸਾਰੇ ਘਰ ਘੁਮਾਈ ਜਾ, ਇਹਨਾਂ ਨੂੰ ਵੀ ਲੈ ਜਾ ਕਰੋ ਵੀ ਮਹਾਰਾਜ ਜੀ ਸਾਡੇ ਸਾਰੇ ਕਮਰੇ 'ਚ ਚਰਨ ਪਾਓ। ਤੁਹਾਡੀ ਸ਼ਰਧਾ ਹੀ ਨਹੀਂ ਹੈ, ਜਾਗਦੀ ਜੋਤ ਮੰਨਿਆ ਹੀ ਨਹੀਂ ਹੈ ਤੁਸੀਂ, ਨਿਰੰਕਾਰ ਨਹੀਂ ਮੰਨਿਆ ਇਹਨਾਂ ਨੂੰ, ਉਲਟਾ ਆਹ ਪਾੜ ਤੇ ਸਾੜ ਤੇ ਉਹ ਕਰਤਾ ਉਹ ਜਿਹੜਾ ਹਾਲ ਹੋਣਾ। ਉਹਨਾਂ ਨੂੰ ਤਾਂ ਡਰ ਨਹੀਂ, ਖੈਰ ਉਹਨਾਂ ਨੂੰ ਪਤਾ ਨਹੀਂ ਵੀ ਹੋਣਾ ਕੀ ਹੈ, ਸਾਨੂੰ ਡਰ ਲੱਗੀ ਜਾਂਦਾ ਵੀ ਇਹ ਕਮਲਿਆਂ ਨੇ ਦੁਨੀਆ ਗਰਕ ਕਰਾਉਣੀ ਆ, ਨਾਲ ਸਾਡਾ ਹੀ ਬੁਰਾ ਹਾਲ ਹੋ ਜਾਣਾ, ਇਹਨਾਂ ਤਾਂ ਭੁੱਖੇ ਮਰਨੇ ਮਰਨਾ, ਸਾਨੂੰ ਵੀ ਨਾਲ ਰੋਟੀ ਮਿਲਣੀ ਪੈਣੀ। ਚਲੋ ਦੇਣਗੇ ਤਾਂ ਸਤਿਗੁਰੂ ਕਿਰਪਾ ਕਰਨਗੇ, ਪਰ ਮਹਾਰਾਜ ਨੇ ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿੱਤ ਲਾਏ, ਚਿੱਤ ਤਾਂ ਲਾ ਲਓ, ਉਹ ਬਾਲਾ ਨਾ ਕਹੋ, ਇੱਕ ਵਾਰੀ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ, ਪਿਆਰ ਨਾਲ ਕਹਿ ਦਿਓ। ਮੈਂ ਨਹੀਂ ਕਹਿੰਦਾ ਮੂਲ ਮੰਤਰ 50 ਕਰੋ, ਇੱਕੋ ਹੀ ਕਰ ਲਓ, ਪਰ ਸੁਣ ਕੇ ਕਰੋ, ਹੌਲੀ ਹੌਲੀ ਕਰੋ, ਬੜਾ ਚਿੱਤ ਜੁੜਦਾ। ਫਿਰ ਮੈਂ ਇੱਥੇ ਕਥਾ ਨੂੰ ਹਾਂ ਕਿਉਂ ਕਰਨ, ਊਂ ਟਕਾ ਬਹੁਤ ਹੈ ਇੱਥੇ, ਮੈਨੂੰ ਇੱਥੇ ਆ ਕੇ ਕਥਾ ਕਰਨ ਵਿੱਚ ਬਹੁਤ ਆਨੰਦ ਆਉਂਦਾ, ਮੈਂ ਤਾਂਹੀਓ ਇੱਥੇ ਟਿਕ ਕੇ ਮੂਲ ਮੰਤਰ ਕਰਦਾ, ਮਨ ਮਰਜ਼ੀ ਨਾਲ ਤੁਹਾਨੂੰ ਜੋ ਖੁੱਲ੍ਹ ਕੇ ਪ੍ਰਚਾਰ ਕਰ ਦਿੰਦਾ ਵੀ ਇਹਨਾਂ ਨੇ ਸੁਣ ਲੈਣਾ। ਮਹਾਰਾਜ ਕੀ ਕਹਿੰਦੇ, ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮੇਲ ਆਏ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਅਮਰਦਾਸ ਜੀ, ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਨੇ ਨਾਮ ਹਰ ਪਾਈਐ, ਹਰੀ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਗੁਰੂ ਦਾ ਸ਼ਬਦ ਸੁਣਦੇ ਹਾਂ, ਗੁਰ ਸ਼ਬਦੀਆ ਬਣ ਗਿਆ, ਉਪਦੇਸ਼ ਸੁਣਿਆ ਗੁਰੂ ਦੇ ਸ਼ਬਦ ਨਾਲ ਮਿਲ ਗਿਆ। ਕੋਈ ਕਹਿੰਦਾ ਮਹਾਤਮਾ ਜਾ ਕੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਉਹ ਕਈ ਸਿੱਧਰੇ ਜਿਹੇ ਹੁੰਦੇ ਨੇ ਚੇਲੇ, ਉਹਨਾਂ ਨੂੰ ਜਾਣ ਉਹ ਲੱਭਦੇ ਫਿਰਨ ਵੀ ਗਿਆ ਕਿੱਧਰ, ਉਹ ਜਦ ਅੰਦਰ ਆਏ ਤਾਂ ਉਹ ਐਂ ਕਰਕੇ ਬੈਠਾ ਲੱਗ ਗਏ, ਕਹਿੰਦੇ ਤੂੰ ਇੱਥੇ ਬੈਠਾ, ਕਹਿੰਦਾ ਤੁਸੀਂ ਕਿਹਾ ਸੀ ਮਹਾਰਾਜ ਨਾਲ ਜੁੜੋ, ਕਹਿੰਦਾ ਜੁੜ ਕੇ ਬੈਠਾ, ਐਂ ਨਹੀਂ ਸੀ ਕਿਹਾ, ਅੰਦਰੋਂ ਜੁੜਨ ਨੂੰ ਕਿਹਾ ਸੀ। ਸ਼ਬਦ ਨਾਲ ਆਤਮਾ ਨੂੰ ਜੋੜਨਾ। ਦੇਖੋ ਆਪਾਂ ਆਮ ਬੰਦੇ ਹਾਂ, ਮੈਂ ਤੁਹਾਨੂੰ ਕਹਾਂ ਵੀ ਲੈ ਵੀ ਉੱਡ ਕੇ ਅਮਰੀਕਾ ਜਾ ਡਿੱਗ, ਤੁਸੀਂ ਕਹਾਂ ਉੱਡ ਕੇ ਇੱਥੇ ਇੱਥੇ ਤੱਕ ਤਾਂ ਛਾਲ ਨਹੀਂ ਵੱਜਦੀ, ਨਾ ਜਹਾਜ਼ 'ਚ ਚੜ੍ਹ ਕੇ ਜਾ, ਜੇ ਜਹਾਜ਼ 'ਚ ਚੜ੍ਹੇਗਾ ਤਾਂ ਉੱਡ ਜਾਏਗਾ, 20,000 ਮੀਲ 'ਤੇ ਜਾ ਕੇ ਉੱਤਰ ਜਾਏਗਾ। ਇਹ ਸ਼ਬਦ ਹੈ, ਜਿਹੜਾ ਸ਼ਬਦ ਦੀ ਸਵਾਰੀ ਕਰ ਲਏ ਸਿੱਧਾ ਹੀ ਲੈ ਜਾਂਦਾ ਸੱਚਖੰਡ ਨੂੰ। ਇਹ ਸ਼ਬਦ ਦੀ ਸਵਾਰੀ ਉਹ ਨਹੀਂ ਕੀਤੀ, ਭਲੇ ਉਹ ਲੋਕੋ ਤੁਹਾਨੂੰ ਮਨੁੱਖਾਂ ਦੇ ਹੀ ਮਿਲੀ ਆ, ਗਾਲ ਕੇ ਰੱਖਤੀ ਤੁਸੀਂ ਵਿਕਾਰਾਂ ਦੇ ਵਿੱਚ, ਵਿਸ਼ਿਆਂ ਦੇ ਵਿੱਚ, ਨਸ਼ਿਆਂ ਦੇ ਵਿੱਚ, ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝ ਨਹੀਂ ਸਕੇ। ਸਤਿਗੁਰੂ ਕਹਿੰਦੇ ਨਾਨਕ ਨਾਮ ਹਰ ਪਾਈ ਆ ਭਾਈ, ਗੁਰ ਸ਼ਬਦੀ ਮਿਲਾਏ।
गुरु साहब गुरु की कृपा नाल फिर मिलाने शब्द के द्वारा। शब्द नाल जुड़ना की हुंदा, शब्द नूं सुनना है, बस सुनना। मैं बड़े साल लाते इस गल दे उत्ते, ऐ नहीं हुंदा भी हुण हफ्ते च जुड़ जाओगे तुसी, ना ना। नाले कथा करी जाने, नाले सेवावां करी जाने, नाले अपना माड़ी माड़ी कोशिश भी करी जाइए भी चल हौली हौली हो ही जाऊ कद ना कद। आर डी कराती, आर डी तो जे तुसी 50 साल की करो 100 रुपया महीना तो भी बहुत रुपया बन जाता। यह तो आर डी करा लो भी 5-10 बारी रोज मूल मंत्र मैं टेक के करना, थोनू कई साल बाद आनंद आने लग जूगा। टेक के करो, देखो ये सारिया गल्लां झूठ बेईमानी हेरा फेरी किसी का दिल दिखाना किसी का माड़ा करना ये काम ना करो कि थोनू सचखंड लिजाना ही नहीं। अगले ने धर्मराज दे जाए खड़ा देणगे, कहणगे आ महाराज आ गया। धर्मराज भी कहिंदे भी ओए गुरु नानक दे घरे सिख कौम जन्म लैके अमर नहीं छकिया तू, तो जे सिख छके वाला कोई जा बड़े इत्थे गलती करके कहणगे तू तेन शर्म तो नहीं आई उत्थे जा के तू गलतियां कर दें इन आ तेरे रजिस्टर भरे पे मे इन्नी तू मिलावटा कर आ कर बेईमानी कर रिश्वत लैन नहीं हटते अमृतधारी हो गए जेडे हुण कहना पैंदा की करिए। अगला कहिंदा गात्रे देंदा गात्रे पा के रिश्वत ले जांदे गोलक दे पैसे नहीं चकते हैं लोग हेरा फेरी करी। मैं समझ लगी रब न डरते क्यों नहीं महाराज तो समझते क्यों नहीं। गुरु ग्रंथ साहब महाराज तो डरो, यह मालक ने आप तो थोड़े जे ही काम बन जाता है इन्हों बस सेवा करी जाओ चौर साहब करी जाओ महाराज अगे कृपा करो बख्श लो उत्थे सीट मिल जाए। भाई डल्ले ने कहा सी पीड़ी जिनी थां कहिंदे अमर शकला डल्या पलंग जिनी थां मिल जाओ उत्थे सचखंड जगह उत्थे लई तरला करो। उरे तो भावें झोंपड़ी च दिन कढ़ लो कढ़न नहीं दिंदे हैं, ऐ नहीं करते महाराज। उरे तो भावें अद्धी रोटी खा के गुजारा कर लो पर यह भी नहीं कर देंगे ना, कहणगे मेरा सिख भुखा ना जावे दुनिया मरे अन्न दे हावे। कहने कोई नहीं पुत तेनू सब कुछ दऊंगा मैं। तो सतगुरु महाराज कहते ने इस करके सारे भाई जुड़ो अंदरों। पता की हुंदा एवें बाद विच पहला तो पाठ कर लिया फिर गलती कर ली हिसाब किताब तो उत्थे ही रहा। जीरो अंडा थोड़ा तो जीरो ही है बस, गांह जाके फिर मिलना कुछ नहीं। उम्र लंघ गई आप पिंड च अपने देखते देखते कई चले गए आ साल च अजो इत्थे है ही नहीं। अगले साल नूं होर घट जाणगे फिर कोई ना कोई जांदा ही रहिंदा कोई आउंदा रहिंदा ये नवा आ गया ये हुण ना चलिया गया उन्हूं देख लियो किहड़ी मल मार के गया वह गांह उन्हों उहदा की हाल है। मगर जे तां कोई बैठा छडाउण वाला छडा लू। अज दे समय में जिन्ने बंदे मरदे ने सचखंड जांदा दिखायो मैनूं कोई, तुसीं खुद ही कहोगे भी नहीं जांदा। करतूतां ही इहियां इहियां कालियां करदे ने सचखंड की नहीं जाणा। महाराज जी कहिंदे साल में मसाई 2-4 जणे ही सचखंड आउंदे आ, 2 जणे मसा आउंदे आ। इहो जी माड़ी हालत है ते सारे मर के भूत प्रेत बनी जांदे। क्यों बुढ़ा मर गया लियाओ जी पाठी, पाठी भी बेचारे हो जे होंदे ने वो पाठी तो ना तरने पाठी ना बुढ़ा तारना उन्होंने बस मारना ही मारना। उन्होंने पाठी होंदे ने जद बजुर्ग चढ़ाई कर जे तो उदो जपजी साहब का पाठ नाल रखो कुम नाल ही जोत धूप दीप करके केसी ना के पाठी लगना। जे बिना केसी इनान तो पाठी मरगत वाले पाठ च लगते तो पाठी नूं फड़ लैंदे ने। बहुत कुछ हुंदा देखे पाठी सिंह भी केसी नहा के लगन उन्होंने बहुत वड्डी पाठियां दी एक जिम्मेवारी हुंदी बंदे नूं सचखंड भेजना जां अगला जन्म दवाना उन्होंने जिम्मेवारी है। बेचारा इत्थे तुरिया फिरदा सारिया दे घरां विच बुढ़े बाढ़े बुढ़ियां दादे पड़दादे नक्कड़ दादे उरी तुरे फिरदे फिर कहणगे पित्तर तंग करदे पित्तर दींदे आ बापू जी हुण सुपने चाहे बापू दा बापू भी सुपने जाओ कई जाने फिरदे आ। पाठ तो तुसीं कराया नहीं किसी का चज नाल इत्थे फिरना उन्होंने फिर ना तुसीं आप अमर छकिया। इस करके इन्हां गल्लां का ख्याल रखो। देखो सही गल रब थोड़े कोल बैठा
ਦੁਨੀਆ ਮੰਨੇ ਨਾ ਮੰਨੇ ਆਪਾਂ ਕੀ ਲੈਣਾ, ਉਹ ਤਾਂ ਨਾਸਤਿਕ ਲੋਕ ਨੇ। ਪਰ ਆਪਾਂ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋਏ ਜੋ ਜੋ ਅੱਜ ਬਚਨ ਕੀਤੇ ਸਤਿਗੁਰਾਂ ਨੇ ਵੀ ਜੋਤੀ ਜੋਤ ਮਿਲਾਉਣੀ ਹੈ, ਇਹ ਕੰਮ ਜ਼ਰੂਰ ਕਰਨਾ, ਅੰਮ੍ਰਿਤ ਜ਼ਰੂਰ ਛਕਣਾ, ਗੁਰੂ ਵਾਲੇ ਬਣਨਾ, ਮਿਹਨਤ ਮੁਸ਼ਕਤ ਕਰਨੀ ਹੈ। ਆ ਕਈ ਕਹਿਣਗੇ ਮੇਰਾ ਤਾਂ ਹੁਣ ਇੰਨਾ 32 ਵਾਰ ਬ੍ਰਹਮ ਕਾਰਜ ਕੇ ਸਿਰ ਘੁੰਮਣ ਲੱਗ ਗਿਆ, ਕੋਈ ਨਾ ਪੰਜ ਬਾਣੀ ਨੂੰ, ਮੈਂ ਕਿਹਾ ਉਹ ਰਹਿਣ ਦਿਆ ਕਰੋ, ਤੁਸੀਂ ਫਿਰ ਕਰੋਗੇ ਕੀ? ਮੈਨੂੰ ਸਮਝ ਨਹੀਂ ਲੱਗਦੀ ਤੁਸੀਂ ਕਰੋਗੇ ਕੀ ਫਿਰ। ਬਚਪਨ ਤੋਂ ਹੀ ਲੈ ਕੇ ਆਦਤਾਂ ਹੁੰਦੀਆਂ ਸਾਨੂੰ, ਹੁਣ ਬਿਠਾ ਦਿਉ ਜਿੰਨਾ ਮਰਜ਼ੀ ਪਾਠ ਕਰਾ ਲਓ, 100 ਜਪਜੀ ਸਾਹਿਬ ਮੈਂ ਇੱਕ ਟੱਕ 'ਚ ਕਰਨਾ, ਸਵੇਰੇ ਚੱਲ ਪੈਣਾ ਬਸ, ਦੁਪਹਿਰ ਰੋਟੀ ਖਾਂਦੇ ਮਾੜੀ ਨੂੰ ਇੱਕ ਡੇਢ ਰੋਟੀ ਦੋ ਖਾ ਕੇ ਫਿਰ ਸ਼ਾਮ ਤੱਕ ਕਰ ਦੇਣਾ, ਪੰਜ ਗ੍ਰੰਥੀ ਸਾਰੀ ਕਰ ਦੇਣੀ, ਸੁਖਮਨੀ ਸਾਹਿਬ ਦੇ ਪੰਜ ਪੰਜ ਪਾਠ ਆਮ ਕਰ ਦੇਣੇ, ਪੰਜ ਗ੍ਰੰਥੀ ਸਾਰੀ ਹੋ ਜਾਂਦੀ, ਸਹਿਜ ਪਾਠ ਚਾਰ, ਚੌਥੇ ਦਿਨ ਭੋਗ ਪਾ ਦੇਈਦਾ ਸੀ, ਮੂਲ ਮੰਤਰ ਕਿੰਨਾ ਹੀ ਅਭਿਆਸ ਹੋ ਗਿਆ ਸੀ। ਜਦ ਤੁਹਾਡੇ ਵੱਲ ਦੇਖਦੇ ਹਾਂ ਫਿਰ ਆਖੀਦਾ ਵੀ ਇਹ ਨਹੀਂ ਤੁਰਦੇ ਹੈ, ਇਹ ਤਾਂ ਧੱਕੇ ਧੁੱਕੇ ਵੀ ਨਹੀਂ ਤੁਰਦੇ ਹੈ, ਬਸ ਇਹੋ ਜਿਹੇ ਹੀ ਨੇ ਇਹ ਤਾਂ। ਅਤੇ ਗੱਲਾਂ ਜੇ ਸੁਣੋ, ਓਹੋ ਗੱਲਾਂ ਦਾ ਤਾਂ ਤੂਫਾਨ ਲਿਆ ਦੇ ਆਪਣੇ ਸਿੱਖ, ਜਿਹੜੇ ਏਡੀਆਂ ਨੇ ਡੀਂਗਾਂ ਮਾਰਦੇ ਆਪਣੀ ਕੌਮ ਦੇ ਵਿੱਚ, ਆ ਦੂਜੇ ਤੀਜੇ ਮਿਸ਼ਨਰੀ ਹੈ ਜੇ ਫਲਾਨੇ। ਮੈਂ ਕਿਸੇ ਮਹਾਂਪੁਰਖ ਕੋਲ ਗੱਲ ਕੀਤੀ, ਮੈਂ ਕਿਹਾ ਉਹ ਸ਼ਹੀਦਾਂ ਸਿੰਘਾਂ ਨੂੰ ਮੰਨਦੇ ਨਹੀਂ ਮਿਸ਼ਨਰੀ ਹੈ, ਕਹਿੰਦੇ ਵੀ ਹੁੰਦੇ ਹੀ ਨਹੀਂ ਸੰਤ। ਕਹਿੰਦੇ ਮੈਂ ਦਾਅਵੇ ਨਾਲ ਕਹਿਣਾ ਮਿਸ਼ਨਰੀਆਂ ਨੂੰ, ਇੱਕ ਮਿਸ਼ਨਰੀ ਆ ਜੇ 10 ਘੰਟੇ ਮੇਰੇ ਆਖੇ ਲੱਗ ਕੇ ਬਹਿ ਜੇ, ਕਹਿੰਦੇ 10 ਘੰਟਿਆਂ ਦੇ ਨਾਲ ਮਹੀਨੇ ਇੱਕ ਦੋ ਲਾਊਂਗਾ ਬਸ, ਮੈਂ ਸ਼ਹੀਦ ਸਿੰਘ ਉਹਦੇ ਸਾਹਮਣੇ ਖੜ੍ਹੇ ਕਰ ਦੂੰਗਾ, ਉਹਨੂੰ ਦਿਖਾ ਦੂੰਗਾ ਵੀ ਆਹ ਖੜ੍ਹੇ, ਸਿਰਫ 10 ਘੰਟੇ ਲਾਵਿਓ। ਮੈਂ ਕਿਹਾ ਤਾਂ 10 ਮਿੰਟ ਬਹਿ ਕੇ ਰਾਜੀ ਨਹੀਂ ਹੈਗੇ, ਤਾਂ ਪੰਜ ਬਾਣੀਆਂ ਨਹੀਂ ਪੜ੍ਹਦੇ, ਤਾਂ ਜਪਜੀ ਸਾਹਿਬ ਵੀ ਨਹੀਂ ਕੰਟਾ ਇਹਨਾਂ ਨੂੰ, ਕਈਆਂ ਨੂੰ ਨਾ ਇਹ ਉਦੋਂ ਗਾਤਰਾ ਪਾਉਂਦੇ ਆ। ਇਹੋ ਜਿਹੇ ਕੇਸ ਅਸੀਂ ਫੜੇ ਅੰਮ੍ਰਿਤ ਛਕੇ ਤੋਂ ਬਿਨਾਂ ਹੀ ਪੰਜੇ ਕਕਾਰ ਪਾਏ। ਇੱਕ ਬੰਦਾ ਪਟਿਆਲੇ ਪਹਿਲਾਂ ਬਹੁਤ ਇਹਨਾਂ ਦੀ ਕਰਦਾ ਸੀ ਖਾਤਰਦਾਰੀ, ਪੈਸਾ ਵਾਲਾ ਚੰਗਾ ਸੀ, ਬਾਅਦ 'ਚ ਉਹਨੇ ਛੱਡਤਾ ਸਾਰਾ ਕੰਮ। ਮੈਂ ਕਿਹਾ ਉਹ ਦੁਕਾਨ ਦਕੂਨ ਹੁਣ ਬੰਦ ਕਰਤੀ ਲਿਟਰੇਚਰ ਵਾਲੀ? ਹੋਰ ਕਹਿੰਦਾ ਗਿਆਨੀ ਜੀ ਕਈ ਗੱਲਾਂ ਫੜੀਆਂ ਗਈਆਂ। ਮੈਂ ਕੀ ਕਹਿੰਦਾ ਅੰਮ੍ਰਿਤ ਛਕੇ ਤੋਂ ਬਿਨਾਂ ਹੀ ਕਕਾਰ ਪਾਈ ਫਿਰਦੇ ਆ? ਕਹਿੰਦਾ ਉਹ ਤਾਂ ਬਡਰੂਪੀਏ ਨੇ। ਮੈਂ ਕਿਹਾ ਤੂੰ ਤਾਂ ਬੜਾ ਉਪਾਸ਼ਕ ਬਣਿਆ ਸੀ। ਕਹਿੰਦਾ ਪਤਾ ਹੀ ਹੋਣ ਲੱਗਿਆ ਵਿੱਚ ਵੜ ਕੇ, ਇਸ ਕਰਕੇ ਵਿੱਚ ਵੜ ਕੇ ਹੀ ਪਤਾ ਲੱਗਦਾ ਵੀ ਇਹ ਤਾਂ ਨਕਲੀ ਸੌਦਾ ਹੈ, ਇਹ ਕੋਈ ਝੂਠਾ ਸੌਦਾ, ਇਹਨਾਂ ਦਾ ਨਕਲੀ ਸੌਦਾ, ਸੱਚਾ ਸੌਦਾ ਗੁਰੂ ਨਾਨਕ ਸਾਹਿਬ ਦਾ ਤਾਂ ਖਰਾ ਸੌਦਾ ਹੈ। ਇਹ ਖਰਾ ਸੌਦਾ ਗੁਰੂ ਨਾਨਕ ਸਾਹਿਬ ਨੇ ਕੀਤਾ, ਸਮਝ ਜੋ ਗੱਲ ਨੂੰ, ਇੱਧਰ ਉੱਧਰ ਕਿਸੇ ਦੀ ਨਹੀਂ ਸੁਣਨੀ ਆਪਾਂ ਨੇ। ਬਸ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਅੱਜ ਸੁਣਿਆ, ਮੇਰਾ ਅੱਜ ਮਨ ਕਰਦਾ ਸੀ ਸੁਣਾਵਾਂ ਤੁਹਾਨੂੰ। ਕੱਲ੍ਹ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ ਹੈ, ਸਵੇਰੇ ਸਮਾਂ ਦੱਸਿਆ ਜਾਏਗਾ ਕਥਾ ਦਾ, ਫਿਰ ਆਪਾਂ ਉਹ ਵਿਚਾਰ ਕਰਾਂਗੇ। ਜੇ ਸ਼੍ਰੀ ਮੁੱਖ ਵਾਕ ਦਰਬਾਰ ਸਾਹਿਬ ਤੋਂ ਬਖਸ਼ਿਆ ਗੁਰਾਂ ਨੇ, ਜਾਂ ਉਹਦੀ ਵਿਚਾਰ, ਜਾਂ ਫਿਰ ਸਾਰੀ ਇਤਿਹਾਸ ਦੀ ਵਿਚਾਰ ਸੁਣਾਵਾਂਗੇ, ਕਿਵੇਂ ਕਿਵੇਂ ਪ੍ਰਕਾਸ਼ ਹੋਇਆ, ਉਹ ਵੀ ਜ਼ਰੂਰੀ ਆ ਸਮਝਣਾ। ਯਾਦ ਭੁੱਲ ਜਾਂਦੀ ਆ, ਹੁਣ ਜਿਹੜੀ ਪਿਛਲੇ ਸਾਲ ਕਥਾ ਸੁਣੀ ਸੀ ਕਿਹੜਾ ਯਾਦ ਰਹੀ ਤੁਹਾਨੂੰ? ਬਸ ਤੁਸੀਂ ਸੁਣੇ, ਘਰੇ ਗਏ, ਇੱਥੇ ਬਾਹਰ ਨਿਕਲਦਿਆਂ ਖੀਰ ਚੁਲਝ ਗਏ, ਜਲੇਬੀਆਂ ਚੁਲਝ ਗਏ, ਇਹ ਦਾਲ ਸਵਾਦ ਹੈ, ਇਹ ਥੱਲੇ ਲੱਗੀ ਹੋਈ ਆ, ਆਹ ਰੋਟੀ ਕਾਲੀ ਹੈ, ਆਹ ਭਾਈ ਸਾਹਿਬ ਜੀ ਅੰਦਰ ਕੀ ਸੁਣ ਕੇ ਆਏ ਸੀ? ਕਹਿੰਦਾ ਉਹ ਤਾਂ ਗਿਆ ਖਾਵੇ ਖਸਮਾਂ ਨੂੰ ਸਾਰਾ ਕੁਛ, ਆਹ ਦਾਲ 'ਚ ਦੇਖ ਮਿਰਚਾਂ ਕਿੰਨੀਆਂ ਪਾਈਆਂ, ਉਹ ਮਿਰਚਾਂ ਸਾਰੀ ਜ਼ਿੰਦਗੀ ਗੋਗੇ ਗਾਊਗਾ, ਦੌੜ ਤਾਂ ਕੁਛ ਨਹੀਂ ਸੀ ਉਦੋਂ ਪਿਛਲੀ ਵਾਰੀ, ਐਤਕੀ ਤਾਂ ਠੀਕ ਗੱਲ ਹੈ, ਹੁਣ ਕਰੀ ਜਾਏ ਇਹਦਾ ਹੀ ਪ੍ਰਚਾਰ ਕਰੀ ਜਾ ਤੂੰ ਦਾਲ ਦਾ ਹੀ। ਤੁਹਾਡੇ ਦਿਮਾਗ 'ਚ ਤਾਂ ਦਾਲ ਖੀਰਾਂ ਖੂਰਾਂ ਬੜੀਆਂ ਹੋਈਆਂ, ਤੁਹਾਡੇ ਸ਼ਬਦ ਨਹੀਂ ਵੜ ਸਕਦਾ। ਜਿਹੜੇ ਗੁਰਮੁਖ ਹੁੰਦੇ ਆ ਉਹ ਕਦੇ ਦੇਖਦੇ ਤੱਕ ਨਹੀਂ ਵੀ ਇਹ 'ਚ ਹੈ ਕੀ ਆ, ਛਕ ਲੈਂਦੇ। ਉਹ ਕਹਿੰਦੇ ਮੈਂ ਤਾਂ ਸ਼ਬਦ ਵਸਾਉਣਾ ਹੈ, ਸ਼ਬਦ ਵਸੈ ਭਉ ਜਾਏ, ਜੇ ਸ਼ਬਦ ਵਸੂਗਾ ਤਾਂ ਡਰ ਜਾਊਗਾ ਅੰਦਰੋਂ, ਮੇਰੇ 'ਤੇ ਵੀ ਕਿਰਪਾ ਕਰੋ। ਮੈਂ ਕਥਾ ਬਾਅਦ 'ਚ ਕਿਹਾ ਮੈਨੂੰ ਡਿਊਟੀ ਆ ਕਥਾ ਕਰਨ ਦੀ, ਮੈਂ ਤੁਹਾਨੂੰ ਕਹਿਣ ਵਾਲੇ ਵੀ ਕਮਾਉਂਦਾ ਮੈਂ ਵੀ ਨਹੀਂ ਹੈਗਾ ਇਹਨੂੰ, ਪਰ ਮੈਂ ਕਹਿੰਦਾ ਇਹ ਫਾਇਦਾ ਪਤਾ ਕੀ ਹੁੰਦਾ, ਅਨਸੋਰਸ ਵਾਲੇ ਮੈਂ ਤੁਹਾਨੂੰ ਮਿਲਦਾ ਕੀ ਕਹਿੰਦਾ 10ਵਾਂ ਹਿੱਸਾ, 10% ਵਿੱਚੋਂ ਮਿਲ ਜਾਂਦਾ, ਜਾਂ ਤੁਸੀਂ ਕੁਛ ਕਰੋਗੇ ਤਾਂ ਮੇਰਾ ਵੀ 10ਵਾਂ ਹਿੱਸਾ ਬਣ ਜੂ, ਮੈਂ ਐਂ ਤਰ ਜੂੰਗਾ, ਮੈਂ ਤੁਹਾਨੂੰ ਕਰਾ ਕੇ ਤਰ ਜੂੰਗਾ, ਤੁਸੀਂ ਕਰੋ, ਹੱਥ ਜੋੜ ਕੇ ਬੇਨਤੀ ਆ, ਸ਼ਬਦ ਨਾਲ ਜੁੜੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਕਿਸੇ ਦੇ ਮਗਰ ਨਾ ਬਾਹਲਾ ਲੱਗੋ, ਜੋ ਗੁਰੂ ਸਾਹਿਬ ਦੇ ਵਿੱਚ ਲਿਖਿਆ ਬਸ ਇਹੀ ਕਮਾਈ ਜਾਓ। ਇੱਕ ਬੰਦਾ ਕਹਿੰਦਾ ਬ੍ਰਹਮ ਗਿਆਨੀ ਦੱਸੋ, ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਬ੍ਰਹਮ ਆਪ ਹੈ, ਤੂੰ ਬ੍ਰਹਮ ਗਿਆਨੀ ਲੱਭਦਾ ਫਿਰਦਾ। ਕਹਿੰਦਾ ਸ਼ਹਿਰ ਦਾ ਮੇਅਰ ਨੂੰ ਮਿਲਣਾ ਕਿ ਸ਼ਹਿਰ ਨੂੰ ਮਿਲਣਾ ਸਾਰੇ,
ਉਹ ਮੇਰ ਤੂੰ ਛੱਡ ਪਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੀ ਬ੍ਰਹਮ ਹੈ, ਤੂੰ ਕੋਲ ਬਹਿ ਜਾ, ਪੜ੍ਹੀ ਜਾ ਪੜ੍ਹੀ ਜਾ, 20 ਸਾਲ ਤੂੰ ਹੀ ਬ੍ਰਹਮ ਗਿਆਨੀ ਬਣ ਜਾਏਗਾ। ਤੂੰ ਕਾਹਨੂੰ ਬ੍ਰਹਮ ਗਿਆਨੀ ਲੱਭਦਾ ਫਿਰਦਾ, ਤੂੰ ਖੁਦ ਕਿਉਂ ਨਹੀਂ ਬਣਦਾ ਬ੍ਰਹਮ ਗਿਆਨੀ? ਇਸ ਕਰਕੇ ਮਹਾਰਾਜ ਨੇ ਆਪਣੇ 'ਤੇ ਕਿਰਪਾ ਕੀਤੀ ਹੈ। ਆਓ ਥੋੜ੍ਹਾ ਚਿਰ ਹੁਣ ਆਪਾਂ ਸਿਮਰਨ ਕਰਦੇ ਹਾਂ। ਜਿਹੜੀ ਮੇਨ ਚੀਜ਼ ਹੈ ਇਹੀ ਸੇਵਾ ਗੁਰੂ ਗ੍ਰੰਥ ਸਾਹਿਬ ਦੀ ਹੈ। ਮਹਾਰਾਜ ਸਾਡੇ 'ਤੇ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ, ਪਿਆਰ ਦੇ ਨਾਲ ਸਾਰੀ ਸੰਗਤ ਸਿਮਰਨ ਕਰੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਧੰਨ ਵਾਹਿਗੁਰੂ। 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 ਤੁਮ ਮਾਤ ਪਿਤਾ ਹਮ ਬਾਰੇਕ ਤੇਰੇ, ਤੁਮਰੀ ਕਿਰਪਾ ਮੈਂ ਹੈ ਸੁਖ ਕਨੇਰੇ। ਤੁਮ ਮਾਤ ਹਮ ਬਾਰੇਕ ਤੇਰੇ, ਤੁਮਰੀ ਕਿਰਪਾ ਮੈਂ ਹੈ ਸੁਖ ਕਨੇਰੇ। ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ। ਵਾਹੁ ਵਾਹੁ ਬਾਣੀ ਨਿਰੰਕਾਰ ਹੈ, ਤਿਸ ਜੇ ਵਡਿਆਵਰ ਨਾ
कोए बाहु बाहु बा निरंकार है तिस जे वडयावर ना कोए तू ही निरंकार 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 तन गुरु ग्रंथ साहेब तू ही निरंकार तन गुरु ग्रंथ साहेब तू ही निरंकार तन गुरु वाहे गुरु वाहे गुरु वाहे गुरु धन वाहे गुरु आओ साध संगत हुण आनंद साहब पढ़ते हैं। आनंद का मतलब आनंद आनंद आ जाता। ये बाणी ऐसी गुरां ने बख्शिश की है। एक योगी सी हजार साल की उम्र का दोनों पासों बाहों तो फड़ के तीजे पातशाह को जल लियाए हस पे महाराज वह भी हस पिया। महाराज कहने क्यों इन्ना खलड़ा हजार साल पुराना चक्या करे आनंद भी आया कहना आया नहीं कहना खलड़ा छड़ के साडे घर जन्म लेगा फिर आएगा आनंद। खलड़ा छड़ता बाबा मोहरी जी दे घरे आ गए जदों पैदा हुए नवा धवा के सोहने वस्त्रां च लपेट के तीजे पातशाह की गोदी च लिया के लटाता। महाराज कहने आ गए आनंद जी आ गए आनंद हुण आनंद आएगा। सतगुरु ने फिर आनंद साहब बाणी उच्चारण की। श्री आनंदपुर साहब का नाम भी आनंद जी के नाम ते ही आ क्योंकि यह गुरु साहब के कुल दे विचों होए आनंद है। आनंद का अर्थ की हुंदा अन दो द्वेष तो रहित होना। महाराज ने आनंद साहब का पाठ उच्चारण करके फिर भाई बल्लू बाबा बुढ़ा जी भाई गुरदास साहब नूं कहा जाओ छत ते चढ़ जाओ सारी संगत उत्ते ढोलकियां छैने चिमटे लैके जिवें हुण आपां छे पौड़ियां गायन करनियां उदों चाली करदे हुंदे सी पहलां चाली पौड़ियां ढोलकियां छैणियां चिमटियां नाल फिर पड़ियां आनंद आ गया बई कहिंदे आपां आनंद ले ध्यान अद्धा कु दबड़ा किते हुंदा अद्धा किते हुंदा आनंद की आउणा तुहानूं। आनंद साहब हुण पढ़दे आ जिहड़े कहिंदे हुण समाप्ति हो गई आनंद साहब हुंदिआं सार स्कीमां बणन लग जांदियां छेती निकलांगे ऐं जावांगे ऐं करांगे वो गल ही नहीं रहिंदी। इस करके आओ आनंद साहब का पाठ करिए सुनिए भी एक अखर नू पंक्ति नू पढ़ना सौखा सुनना होर औखा मनना औखा कमाउणा उहदे विच ढल जाना पूरी जिंदगी लग जाती है। इन्ने अखर नू देखो आनंद पाया मेरी माए सतगुरु मैं पाया बस इन्नी गल एदूगांत जाना ही नहीं गा भी गुरु ग्रंथ साहब जी आनंद पाया मेरी माए सतगुरु मैं पाया बस जो सतगुरु ही पा लिया जिमें असी कह नाल नारायण मेरा बस जमदूत ना आवे मेरा जब नाल नारायण है सारा कुछ ठीक है। फिर इस करके महाराज कह रहे आनंद पाया मेरी माए राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुर ता पाया
राग रतन परवार परियां शब्द गावण आईया शब्दो कह नानक नंद हुआ सतगुरु मैं पाया हे मानो हर नाल रहो तू मन मेरे दुख सब विसारना अंगीकारो सबना गला समरथ स्वामी सो क्यों मनो विसारे कै साचे साहेबा क्या नहीं करते रे करता सदा सिफत सलाह तेरी नाम मन वसावै नाम जिनकै वाजे शब्द कनेरे कह नानक सच्चे क्या नहीं करते रे साचा नाम मेरा आधा सच नाम आधार मेरा जिन भुखा सब कर शांत सुख मन आए वसिया सदा कुर्बान कीता गुरु विटो कह नानक सुनो संतो साचा नाम मेरा आधारो वाजे पंच शब्द तित कार सपागे पंच दूत तुद वस कीते काल कंटक तुर कर्म पाया तुद जिन कौ से नाम हर कै लागे कह नानक तह सुख हुआ बाजे आनंद सुनो पार ब्रह्म प्रभ पाया उतरे सगल विसूरे दुख रोग संत साजन भये सरसे सुनते पुनीत कहते पवित सतगुर रहया भरपू बिनवंत नानक गुर चरण लागे वाजे अनहद तूरे सलोक पवन गुरु दिवस रात दुए दाई दाया चंगे आईया बुरे आईया करमी आपो आपनी के नेड़े के दूर जिन्नी नानक ते मुख उजले जिन्नी नाम ते आया गए मसकत काल नानक ते मुख उजले केती छुटे नाल वाहे गुरु जी का खालसा वाहे गुरु जी की फतेह तू ठाकुर।